ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਫੋਰ ਯੂ ਨੋ ਜੁਆਇਨਿੰਗ ਮੀ ਇੰਨੀ ਠੰਡ ਪੈ ਰਹੀ ਹੈ ਨਿਊਯਾਰਕ ਦੇ ਵਿੱਚ ਐਂਡ ਲਾਸਟ ਵੀਕਐਂਡ ਇੰਨੀ ਜ਼ਬਰਦਸਤ ਬਰਫ਼ ਸੀ ਐਂਡ ਕੱਲ੍ਹ ਵੀ ਬੜੀ ਬਰਫ਼ ਪਈ ਹੈ ਬਟ ਸੋ ਗੁੱਡ ਫੁੱਲ ਆਫ ਗ੍ਰੈਟੀਟਿਊਡ ਕਿ ਅਸੀਂ ਸਾਰੇ ਅੰਦਰ ਹਾਂ ਯੂ ਨੋ ਅੰਦਰ ਹਾਂ ਬੈਠੇ ਹੋਏ ਹਾਂ ਔਰ ਉਹ ਹੀ ਕਰ ਰਹੇ ਹਾਂ ਜੋ ਅਸੀਂ ਬੈਸਟ ਕਰਦੇ ਹਾਂ ਗੱਲਬਾਤ ਔਰ ਯੂ ਨੋ ਕਿਸੇ ਨਾ ਕਿਸੇ ਦੀ ਆਪਣੇ ਪਰਿਵਾਰ 'ਚੋਂ ਕਿਸੇ ਨਾ ਕਿਸੇ ਦੀ ਗੱਲ ਸੁਣ ਕੇ ਆਪਣੇ ਆਪ ਨੂੰ ਉਹਨਾਂ ਦੀ ਪੋਜੀਸ਼ਨ 'ਚ ਰੱਖ ਕੇ ਸੋਚਦੇ ਹਾਂ ਕਿ ਕੀ ਹੋ ਸਕਦਾ ਹੈ ਇਸ ਵੇਲੇ ਕੀ ਕਰਨਾ ਚਾਹੀਦਾ ਹੈ ਸੋ ਅੱਜ ਹੀ ਸਾਡੇ ਬੜੀ ਦੇਰ ਦੇ ਇੱਕ ਜੁੜੇ ਹੋਏ ਜਿਹੜੇ ਵਿਊਅਰ ਨੇ ਉਹਨਾਂ ਦਾ ਸਵਾਲ ਅਸੀਂ ਸਾਰਿਆਂ ਦੇ ਸਾਹਮਣੇ ਰੱਖਦੇ ਹਾਂ ਪਰੇਸ਼ਾਨ ਨੇ ਹੀ ਸੇਜ਼ ਕਿ ਮੇਰੀ ਫੈਮਲੀ ਦੋ ਬੱਚੇ ਹਸਬੈਂਡ ਬਹੁਤ ਅੱਛੀ ਯੂ ਨੋ ਵਧੀਆ ਸਾਰਾ ਕੁਛ ਚੱਲ ਰਿਹਾ ਸੀ ਐਂਡ ਆਈ ਮੀਨ ਉੱਪਰ ਥੱਲੇ ਹਸਬੈਂਡ ਵਾਈਫ ਕੁਛ ਨਾ ਕੁਛ ਚੱਲਦਾ ਹੈ ਬਟ ਓਵਰਆਲ ਬਹੁਤ ਅੱਛਾ ਰਿਲੇਸ਼ਨਸ਼ਿਪ ਬਹੁਤ ਅੱਛਾ ਟਾਈਮ ਸਪੈਂਡ ਕਰਦੇ ਨਾਲ ਪਰ ਕਪਲ ਆਫ ਈਅਰਸ ਤੋਂ ਇਹਨਾਂ ਦੀ ਇੱਕ ਬੈਸਟ ਫਰੈਂਡ ਹੈ ਜਿਨ੍ਹਾਂ ਦੇ ਹਸਬੈਂਡ ਅਤੇ ਇਹਨਾਂ ਦੇ ਹਸਬੈਂਡ ਬਹੁਤ ਜ਼ਿਆਦਾ ਔਫਨ ਤਕਰੀਬਨ ਰੋਜ਼ ਪਹਿਲੇ ਸਿਰਫ ਸੈਟਰਡੇਜ਼ ਮਿਲਣਾ ਸ਼ੁਰੂ ਕੀਤਾ ਫਿਰ ਹੁਣ ਹਫ਼ਤੇ 'ਚ ਦੋ ਵਾਰੀ ਤਿੰਨ ਵਾਰੀ ਔਰ ਪਿਛਲੇ ਦੋ ਹਫ਼ਤਿਆਂ ਤੋਂ ਇੱਕ ਅੱਧਾ ਦਿਨ ਛੋੜ ਕੇ ਐਵਰੀ ਡੇ ਮਿਲ ਕੇ ਡਰਿੰਕਿੰਗ ਕਰ ਰਹੇ ਨੇ ਮਤਲਬ ਸ਼ਾਮ ਨੂੰ ਪ੍ਰੋਗਰਾਮ ਬਣਾ ਲੈਂਦੇ ਨੇ ਪਿਛਲੇ ਕੋਵਿਡ ਟਾਈਮ ਦੇ ਲੋਕਡਾਊਨ ਦੇ ਟਾਈਮ ਸ਼ੀ ਸੇਜ਼ ਕਿ ਜ਼ਿਆਦਾ ਵੱਧ ਗਿਆ ਕੁਛ ਦੇਰ ਤੋਂ ਤਾਂ ਸੀ ਪਰ ਮੇਰੇ ਪੁੱਛਣ 'ਤੇ ਕਿ ਉਂਝ ਵੀ ਅੱਛੇ ਦੋਸਤ ਨੇ ਆਪਸ 'ਚ ਉਹਨਾਂ ਦੀ ਬੜੀ ਬਣਦੀ ਹੈ ਆਪਸ ਯੂ ਨੋ ਟਾਈਮ ਸ਼ੇਅਰ ਕਰਨਾ ਅੱਛਾ ਲੱਗਦਾ ਜਾਂ ਹੁੰਦਾ ਨਾ ਇੱਕ ਅੱਛਾ ਦੋਸਤ ਕਿਹੜਾ ਹੈ ਜਦੋਂ ਤੁਹਾਨੂੰ ਕੁਛ ਧਿਆਨ ਆਉਂਦਾ ਤੁਸੀਂ ਉਹਨੂੰ ਫੋਨ ਕਰਦੇ ਹੋ ਕਿ ਹਾਂਜੀ ਇੰਜ ਹੈ ਇੰਜ ਹੈ ਨਹੀਂ ਕਹਿੰਦੇ ਐਸਾ ਕੁਛ ਨਹੀਂ ਹੈ ਆਪਸ ਵਿੱਚ ਉਹ ਉਸੇ ਵੇਲੇ ਇਕੱਠੇ ਹੁੰਦੇ ਨੇ ਜਦੋਂ ਉਹਨਾਂ ਨੇ ਪੀਣੀ ਹੁੰਦੀ ਹੈ ਔਰ ਉਹ ਬਹੁਤ ਜ਼ਿਆਦਾ ਹੋ ਰਿਹਾ ਥੋੜ੍ਹਾ ਜਿਹੀ ਪ੍ਰੋਬਲਮ ਕੀ ਆ ਰਹੀ ਹੈ ਇਹਨਾਂ ਨੂੰ ਕਿ ਜੋ ਇਹਨਾਂ ਦੀ ਫਰੈਂਡ ਹੈ ਉਹਨਾਂ ਦੇ ਹਸਬੈਂਡ ਪਹਿਲੇ ਤੋਂ ਹੀ ਇੰਜ ਕਾਫੀ ਪੀਂਦੇ ਹੈ ਔਰ ਜਿਸ ਤਰ੍ਹਾਂ ਚੱਲ ਰਿਹਾ ਉਹਨਾਂ ਦੇ ਘਰ ਦੀ ਗੱਲ ਉਹਨਾਂ ਦੇ ਘਰ ਦੀ ਹੈ ਕਹਿੰਦੇ ਨੇ ਕਿ ਦੇਵਰ ਓਕੇ ਵਿਦ ਇਟ ਸ਼ੀ ਇਜ਼ ਓਕੇ ਵਿਦ ਇਟ ਕਿਉਂਕਿ ਉਹ ਸ਼ੁਰੂ ਤੋਂ ਹੀ ਇੰਜ ਹੈ ਉਹਨਾਂ ਨਾਲੇ ਮੇਰੀ ਫਰੈਂਡ ਦੇ ਘਰ ਵੀ ਹੋਰ ਵੀ ਲੋਕ ਯੂ ਨੋ ਇੰਜ ਪੀਂਦੇ ਸੀ ਸੋ ਉਹਨੂੰ ਇੰਨਾ ਜ਼ਿਆਦਾ ਉਸ ਚੀਜ਼ ਦਾ ਵੱਡਾ ਡਿਫਰੈਂਸ ਵੀ ਨਹੀਂ ਲੱਗ ਰਿਹਾ ਕਿਉਂਕਿ ਹੀ ਇਜ਼ ਬਿਨ ਆਲਵੇਜ਼ ਡੂਇੰਗ ਇਟ ਪਰ ਮੇਰੇ ਘਰ ਦੇ ਵਿੱਚ ਬਹੁਤ ਚੇਂਜ ਇਸ ਪਿੱਛੇ ਆਇਆ ਕਿ ਅਸੀਂ ਮੇਰੇ ਹਸਬੈਂਡ ਇਸ ਤਰ੍ਹਾਂ ਨਹੀਂ ਕਰਦੇ ਸੀ ਇੰਨੇ ਔਫਨ ਡਰਿੰਕਰ ਨਹੀਂ ਸੀ ਕਦੀ ਕਦੀ ਪੀਂਦੇ ਸੀਗੇ ਕਦੀ ਇਕੱਠੇ ਹੋਏ ਸੋਸ਼ਲੀ ਯੂ ਨੋ ਸਾਰੇ ਫਰੈਂਡਸ ਇਕੱਠੇ ਹੋਏ ਕੋਈ ਫੰਕਸ਼ਨ ਹੈ ਕੋਈ ਯੂ ਨੋ ਗੈਟ ਟੂਗੈਦਰ ਹੈ ਅਤੇ ਲੈ ਲੈਂਦੇ ਸੀ ਪਰ ਅਦਰਵਾਈਜ਼ ਨਹੀਂ ਪਰ ਹੁਣ ਕੋਵਿਡ ਟਾਈਮ 'ਤੇ ਵੀ ਜਦੋਂ ਕਿ ਇੱਕ ਦੂਜੇ ਨੂੰ ਮਿਲਣਾ ਨਹੀਂ ਹੈ ਉਹਨਾਂ ਨੇ ਉਹ ਕੀਤਾ ਹੋਇਆ ਕਿ ਅਸੀਂ ਤਾਂ ਯੂ ਨੋ ਇਕੱਠੇ ਹੀ ਹੁੰਦੇ ਹਾਂ ਇਸ ਪਿੱਛੇ ਅਸੀਂ ਇਕੱਠੇ ਹੋ ਸਕਦੇ ਹਾਂ ਜਿਵੇਂ ਪਰਿਵਾਰ ਨਾਲ ਇਕੱਠੇ ਹੋ ਸਕਦੇ ਹਾਂ ਉਹ ਫਰੈਂਡਸ ਹੈਗੇ ਆ ਜਿਹੜੇ ਕਿ ਅਕਸਰ ਮਿਲਦੇ ਹਾਂ ਸੋ ਹੁਣ ਉਹ ਬਹੁਤ ਜ਼ਿਆਦਾ ਹੋ ਗਿਆ ਬਿਕੋਜ਼ ਬਾਕੀ ਸਾਰਿਆਂ ਨਾਲ ਨਾ ਉਹ ਮਿਲ ਰਹੇ ਨੇ ਨਾ ਅਸੀਂ ਮਿਲ ਰਹੇ ਹਾਂ ਸੋ ਕਹਿੰਦੇ ਨੇ ਕਿ ਮੈਂ ਆਪਣੀ ਫਰੈਂਡ ਨਾਲ ਵੀ ਗੱਲ ਕਰ ਚੁੱਕੀ ਹਾਂ ਕਿ ਯਾਰ ਇਹ ਬਹੁਤ ਜ਼ਿਆਦਾ ਹੋ ਰਿਹਾ ਅਤੇ ਸ਼ੀ ਸੇਜ਼ ਕਿ ਯੂ ਆਰ ਮੇਕਿੰਗ ਅ ਬਿਗ ਡੀਲ ਅਬਾਊਟ ਇਟ ਕੁਛ ਨਹੀਂ ਹੈ ਔਰ ਮੈਨੂੰ ਫਿਰ ਮੈਂ ਥੋੜ੍ਹੀ ਦੇਰ ਰੁਕ ਜਾਂਦੀ ਹਾਂ ਪਰ ਮੇਰਾ ਗੱਟ ਮੇਰੀ ਅੰਦਰੋਂ ਕਹਿੰਦਾ ਹੈ ਕਿ ਨਹੀਂ ਇਹ ਬਿਗ ਡੀਲ ਹੈ ਕਿਉਂਕਿ ਮੇਰਾ ਹਸਬੈਂਡ ਬਦਲ ਰਿਹਾ ਹੈ ਮੇਰੇ ਘਰ ਦੇ ਵਿੱਚ ਇਸ ਚੀਜ਼ ਕਰਕੇ ਕਲੇਸ਼ ਪੈ ਰਿਹਾ ਮੈਂ ਬੜੀ ਵਾਰੀ ਸਾਡੀਆਂ ਇਸ਼ੂਜ਼ ਹੋ ਚੁੱਕੇ ਇਸ ਆਰਗੂਮੈਂਟ ਹੋ ਚੁੱਕਾ ਹੈ ਪਲੀਜ਼ ਗੱਲਬਾਤ ਦੇ ਪਰਿਵਾਰ ਵਾਲੇ ਸਾਰੇ ਵੱਡਿਆਂ ਨੂੰ ਛੋਟਿਆਂ ਨੂੰ ਜਿਨ੍ਹਾਂ ਨੂੰ ਵੀ ਕੋਈ ਐਕਸਪੀਰੀਅੰਸ ਹੈ ਜਾਂ ਕੋਈ ਵੀ ਰਾਏ ਹੈ ਪਲੀਜ਼ ਦੱਸੋ ਕਿ ਮੈਂ ਕੀ ਕਰਾਂ ਇਸ ਵੇਲੇ ਨਾ ਤਾਂ ਮੈਂ ਉਸ ਫਰੈਂਡ ਨੂੰ ਛੋੜ ਸਕਦੀ ਹਾਂ ਮੇਰੀ ਬਹੁਤ ਪੱਕੀ ਫਰੈਂਡ ਹੈ ਮੈਂ ਜਦੋਂ ਕੁਛ ਮਤਲਬ ਸਾਡਾ ਦੋਨਾਂ ਦਾ ਰਿਲੇਸ਼ਨਸ਼ਿਪ ਜ਼ਰੂਰ ਐਸਾ ਹੈ ਕਿ ਮੈਂ ਕੁਛ ਵੀ ਸੋਚਣਾ ਹੈ ਅਤੇ ਮੈਂ ਉਹਦੇ ਨਾਲ ਯੂ ਨੋ ਸ਼ੇਅਰ ਕਰਨਾ ਹੈ ਔਰ ਮੈਂ ਉਹਨੂੰ ਫੋਨ ਕਰਨਾ ਹੈ ਭਾਵੇਂ ਖੁਸ਼ੀ ਹੈ ਗਮੀ ਹੈ ਕੋਈ ਸਲਾਹ ਲੈਣੀ ਹੈ ਅਤੇ ਦਿਸ ਇਜ਼ ਸ਼ੀ ਇਜ਼ ਵਨ ਆਫ ਦਾ ਫਸਟ ਪਰਸਨਸ ਆਈ ਕਾਲ ਬਟ ਇਹਨਾਂ ਦੋਨਾਂ ਦਾ ਆਪਸ ਦਾ ਕੋਈ ਸਾਥ ਨਹੀਂ ਹੈ ਪਰ ਹੁਣ ਐਜ਼ ਡਰਿੰਕਿੰਗ ਬਾਡੀਜ਼ ਉਹ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਨ ਲੱਗੇ ਹੈ ਜਿਹਦੇ ਨਾਲ ਮੇਰੇ ਹਸਬੈਂਡ ਮੇਰੇ ਨਾਲ ਬੱਚਿਆਂ ਨਾਲ ਫੈਮਲੀ ਨਾਲ ਘੱਟ ਸਪੈਂਡ ਕਰਨ ਲੱਗੇ ਔਰ ਮੈਂ ਇੱਕ ਚੀਜ਼ ਦੇਖਣ ਲੱਗ ਗਈ ਹਾਂ ਜਿਹਦੇ 'ਚ ਨਾ ਉਹ ਮੌਕਾ ਲੱਭ ਰਹੇ ਹੁੰਦੇ ਕਿ ਓਕੇ ਸਭ ਕੁਝ ਛੋੜ ਦੇਣਗੇ ਧਿਆਨ ਉਹਨਾਂ ਦਾ ਉੱਥੇ ਹੋਏਗਾ ਵੀ ਮੈਂ ਸ਼ਾਮ ਨੂੰ ਨਾ ਮੈਂ ਜਾ ਰਿਹਾ ਤੁਸੀਂ ਜੋ ਵੀ ਕਰ ਰਹੇ ਹੋ ਠੀਕ ਹੈ ਤੁਸੀਂ ਚੱਲਣਾ ਹੈ ਪਹਿਲੇ ਕਹਿਣਗੇ ਵੀ ਇਕੱਠੇ ਹੁੰਦੇ ਹਾਂ ਕੋਈ ਨਹੀਂ ਫੈਮਲੀ ਪੂਰੀ ਪਰ ਅਗਰ ਅਸੀਂ ਨਹੀਂ ਕਹਿੰਦੇ ਤਾਂ ਵੀ ਹੀ ਗੋਜ਼ ਅਹੈਡ ਵਿਦ ਇਟ ਐਂਡ ਵਿਚ ਇਜ਼ ਸਕੇਅਰੀ ਟੂ ਮੀ ਕਿਉਂਕਿ ਇਹ ਨਵੀਂ ਡਿਵੈਲਪਮੈਂਟ ਹੈ ਕਿ ਫੈਮਲੀ ਨੂੰ ਛੱਡ ਕੇ ਉਹਨਾਂ ਨਾਲ ਜ਼ਿਆਦਾ ਟਾਈਮ ਸਪੈਂਡ ਕਰ ਰਹੇ ਹੈ ਔਰ ਜਿੱਥੇ ਤੱਕ ਇਹਨਾਂ ਦਾ ਵਿਸ਼ਵਾਸ ਹੈ ਕਿ ਉਹ ਇੱਕ
नवी फ्रेंडशिप नहीं गेन की, इस पिछे नहीं कि वो ही लाइक्स टू स्पेंड टाइम विद हिम, पर इस पिछे कि उन्होंने जरा ड्रिंकिंग की आदत है वो उन्होंने बैठ के करना इन्नी ज़्यादा वारी करना वो बढ़ती जा रही है। सो सारा नू पूछ रहे ने कि वाकई जिमें मेरी फ्रेंड कह रही है मैं उदी बिग डील बना रही हूँ और कुछ है नहीं है कि जो लाइफ रूटीन विच आ जाएगी सारे ज़्यादा बिजी हो जाएंगे तो यह कट जाएगा या मैनू जरूर कोई स्टेप लेना चाहिए और लेना चाहिए तो की लवा बिकॉज मैं उस बेस्ट फ्रेंड तो डिस्टेंस हो के कि हाँ जी मैं उन्होंने तोड़ दाँ या वो मेरे तो इमेजिन नहीं हो रहा। बट प्लीज़ सारे गलबात के व्यूअर जरूर इन्होंने यू नो सलाह दो, आई एम श्योर थोड़े को बहुत कुछ होएगा विच यू कैन शेयर। एंड बाय द वे एक मैं आई वॉज ऑल्सो डूइंग अ लिटल बिट रिसर्च क्योंकि मेरा पर्सनल एक्सपीरियंस नहीं कुछ गाइड कर रहा है इस विच, पर अनदर थिंग इज़ कि रिसर्चर्स के हिसाब न कई जड़े फ्रेंड्स समझते हैं कि साढ़े के यू नो वाइफ्स रोक रही हैं साडा कोई हक नहीं भी असी यार नाल टाइम बिताइए। तो ही मेरा पहला सवाल उन्होंने सी कि आपस में वो एक अच्छे दोस्त भी बन गए हैं विच इज़ सम हाउ अ गुड थिंग, यू ऑलवेज नीड अ गुड फ्रेंड। पर वो कहते कि ऐसा कुछ नहीं है, सिर्फ पीन वास्ते इकट्ठे होंगे हैं। एंड रिसर्चर्स से दैट मोस्ट ऑफ द टाइम अगर तुसी सिर्फ ड्रिंकिंग वास्ते इकट्ठे हो रहे हो वो कोई क्वालिटी ऑफ रिलेशनशिप नहीं है। एंड वो हो सकता है तुसी किसी होर अच्छे रिलेशनशिप दे विचों थोड़ा टाइम वो लै रहा हो रिलेशनशिप। सो आई मीन मैनू इत्थे एक रेड फ्लैग दिखता है। बाकी तुसी की कहोगे जरूर प्लीज़ वेलकम, जो तुसी कहोगे यू मोस्ट वेलकम बिकॉज दिस नो राइट एंड रोंग आंसर। सो व्यूअर ने एज ऑलवेज आपे उन्होंने देखना है कि की करिए, पर साड़ा परिवार का एक तरह नाल यू नो फर्ज बनता है कि वह सानू सवाल कर रहे हैं तो असी जरूर अपने आप को उस स्थिति विच देख के रख के देखिए और सोचिए कि अगर असी उन्हां दी जगह होइए तो असी की कहिए। सो लैट मी गिव यू सम टाइम, तुसी ब्रेक द टाइम खास तौर पर जरूर कॉल्स मिला के रख लो, मैं इत्थे लै लैनी हाँ एज वेल एज कि लेट मी गिव यू सम टाइम थिंक अबाउट इट एंड कॉल मी, लेट मी टेक अ शॉर्ट ब्रेक। सारा फिर स्वागत है, लेट्स सी सारे की कह रहे ने। सो इन्हों पूछते हैं पहले। हैलो, हाँ जी सत श्रीकाल। सत श्रीकाल जसप्रीत, थैंक यू फॉर कॉलिंग, हाउ आर यू? गुड थैंक यू जी। हाँ जी अज दे बारे मैं कहांगी भैन जी भाई, क्योंकि एक फ्रेंड समझदी है बिग डील नहीं हैगा, पर एक कहांगी है भैन जी ठीक सोचते हैगा। अच्छा, एक शुरुआत हो सकती है जिस तरह फील करदे है वो बिल्कुल ठीक हैगा। ते मैं ना नु कहांगी पहला ना अपने हस्बैंड ना बैठ के गल करन, पूरा दसन किदा उन्होंने पादर कर रहा। जे कोई जिदा पिछले कुछ चिर तो रीसेंट एग्जाम्पल है बी पिछले शनिचरवार असि इथे जाना सी, तुसी प्रोग्राम चेंज कर लिया, बच्चे ते असि तैयार सीगे तुसी नहीं चले, जां जो भी रीसेंट एग्जाम्पल है जिदा प्रोग्राम बदल गया इना ड्रिंकिंग करके, ते ए वायरस का एक बहाना है ए तां और असि जिहड़ियां कोई बुरियां आदतां शुरू करदे आ कि ए राइट नाउ असि कह सकदे आ वायरस करके हुण कर रहे आ बई लेटर ड्रॉप कर दांगे जदों टाइम बेटर हो गया। इट्स नॉट दैट सिंपल राइट। ते मैं उहनां दी फ्रेंड ने भी प्रॉब्ली उहनां दी हेल्प नहीं इन्नी करनी क्योंकि उहनां दी तां आम दी जिंदगी, हां उहनां दी जिंदगी इंज ही चलदी आई है इस तरह ही उहनां ने गया। तो ए अपनी दोस्ती ਉਹਨਾਂ ਨਾਲ ਕਾਇਮ ਰੱਖਣ, ਮਤਲਬ ਸੈਪਰੇਟ ਰੱਖਣ, ਤੇ ਹਸਬੰਡ ਨੂੰ ਆਪਣਾ ਡਿਸਕਸ ਕਰਕੇ ਮੈਂ ਕਹਾਂਗੀ ਜੇ ਕੁਝ ਡਿਸਟਰੈਕਸ਼ਨਸ ਕਰ ਸਕਦੇ ਆ, ਹਸਬੰਡ ਦੇ ਕੋਈ ਹੋਰ ਹੌਬੀਜ਼ ਹੈਗੇ ਆ, ਪਹਿਲਾਂ ਮਤਲਬ ਕੋਈ ਸਪੋਰਟਸ ਖੇਡਦੇ ਆ, ਕੁਝ ਦੇਖਦੇ ਆ, ਕੁਝ ਹੋਰ ਕਰ ਸਕਦੇ ਆ ਉਸ ਟਾਈਮ ਨਾਲ, ਉਹ ਚਾਹੇ ਕਿਸੇ ਹੋਰ ਫਰੈਂਡ ਨਾਲ ਹੋਣ ਜਾਂ ਯੂ ਨੋ ਜਿਸ ਤਰ੍ਹਾਂ ਵੀ, ਪਰ ਟਾਈਮ ਕਿਤੇ ਹੋਰ ਲਾਣ ਉਹ ਵਾਲਾ ਯੂ ਨੋ, ਤੇ ਕੁਛ ਕੈਜੂਅਲ ਕਰਨ ਭਾਵੇਂ ਆਪਣੀ ਫੈਮਿਲੀ ਨਾਲ ਯੂ ਨੋ, ਤੇ
ਥੋੜਾ ਜਿਹਾ ਉਹ ਪਰੇ ਲਿਜਾਣ ਲਈ ਕਿਤੇ ਹੋਰ ਯਾ ਲਗਾਣਾ ਪਏ कोई टाइम ते दैट्स स्ट्रेस आई थिंक रहेगा। जसप्रीत दैट्स एन एक्सीलेंट टिप कि कोई कोई इस तरह दिया डिस्ट्रैक्टिंग सब्सट्यूट करना पेगा कि किस तरह तुसी इंजॉयबल टाइम वो बिता सकते हो सजेशंस के कोई क्योंकि आजकल कोविड टाइम भी है कोई ये भी नहीं सकते लेट्स गो मूवी और समथिंग वो भी नहीं हो सकता सो एटलीस्ट फैमिली नाल कोई गेम है जिस तरह तुसी सजेस्ट कर रहे हो या दैट्स वेरी गुड नाइस हैगी है मतलब बाहर वॉक ले या पार्क से जान ले या कुछ भी फन जेड़ा कुछ एंजॉय कर दे कर सकते हैं कोई गेम्स खेडनी है बाहर आउटडोर इना कुछ हुंदा जां किते जाना है कुछ देखन लई बाहर कुछ उन्हां दे इंटरेस्ट दे मुताबिक आई थिंक उधर लाना पड़ेगा थोड़ा सा राइट नो 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 दैट्स अ वेरी गुड थिंग थैंक यू सो मच जसप्रीत लेट्स सी होर भी कुछ व्हाइल वी आर टॉकिंग कुछ होर ध्यान आंदा है प्लीज गो अहेड एंड कॉल अस हेलो हेलो सत श्रीकाल सुदर्शन जी सत श्रीकाल जी क्या हाल चाल है बिल्कुल वधिया थैंक यू फॉर कॉलिंग दसो सुदर्शन जी की कहंदे हो अज मेरा कहना है वे कि जिस तरह के वो दोनों अच्छे फ्रेंड्स ने पहली गल ते वे कि पहले अपने हस्बैंड नाल गल करे ये कोई शक नहीं भी मैनू बॉदर में हो रही हां इस वजह तो जी ते दूसरा उस नाल गल करे उनू कॉन्फिडेंस ले लेवे अपनी फ्रेंड नू कि मैनू ये आदत अच्छी नहीं लग रही मेरा घर जेड़ा है पीछे खराब होना शुरू हो गया right. ते मैं तेरे नाल फेक रिश्ता तोड़ रही हूँ जो मेरी सलाह दे रही हूँ okay. कि मैं तेरे नाल फेक रिश्ता तोड़ रही हूँ उदे सामने जिस वेले कठे जान वो पी पू रहा होवे ते एक किसी ना किसी वजह करके अपनी फ्रेंड नाल कोई शुरू कर देवे गल लेकिन फ्रेंड नू कॉन्फिडेंस लवे कि साडी दोस्ती नहीं जाएगी मैं तेरे नाल सिर्फ इस करके कर रही हूँ कि तेरा मेरा रिश्ता खत्म इस करके वो फिर कला जान जोगा इन्ना नहीं होगा बिल्कुल ठीक है So basically एक, distance एक, कर लें पर एक हल्की जी सोच आई डोंट नो कि no, 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 कि नहीं है कुछ भी एनीथिंग सो अल्टीमेटली तुसी ए जरूर कह रहे हो कि कुछ करना जरूरी है क्योंकि उन्हें लग रहा है कि कितने मैं ही तो नहीं कर रही बट आई थिंक यू आर राइट बिल्कुल नहीं क्योंकि जब तक कोविड खत्म होना तब तक उन्हें पूरी आदत हो चुकी होनी और उन्हें बिल्कुल नहीं छड़नी ये आदत डेवलप हो रही है इस टाइम दे विच और उन्हें आदत हो चुकी है कि उहदे नाल बैठना और पीना ये उहदे नाल उहदे घर आना जाना जिसले बंद होएगा उसने बिल्कुल कॉन्फिडेंस लगा कि तेरी मेरी दोस्ती च कुछ नहीं होंदा मैं इहनू छुड़ाना चाहनी है इहदी आदत कदी कदां लवे ड्रिंक ते कोई गल नहीं लेकिन रोज दा जिहड़ा सिस्टम ये मैनू नहीं पसंद बिल्कुल उहदे सामने झगड़ा करके आ जाए उहदे बाद देखो किन्नी वारी उह कल्ला जांदा पीण लई ये तो एक हल्का जो सुझाव है और बाकी ये सोचे कि ठीक हो जाना उन्हें नहीं ये नहीं उन्हें रोकना पड़ेगा उन्हें बिल्कुल फॉलो योर गट या पहले भी ऐसे कहते हैं जे अपने मन नु लग रहा है ना तो डेफिनेटली एक्ट ऑन इट राइट बिल्कुल बिल्कुल स्टेप लवे केस कैसा भी लवे स्टेप लेकिन मैंने ये चीज बॉदर कर रही है कि रोज रोज ना पिए सो मेरी तेरी दोस्ती कोई फर्क नहीं पैना लेकिन मैं जो झगड़ा कर रही हूँ सामने वो तू बिल्कुल फेक समझी मैंने झगड़े दे विच ही घर जान दई ओके ओके देखो लेट्स या प्लीज होर भी कुछ ध्यान आए जे ते लेट जरूर कॉल करियो आई मीन या समझ ते आंदी है सुदर्शन जी क्यों हो जांदी है पर उस टाइम ते की करिए कुछ करिए और बाद विच सोचिए कि हाय आई विश घर घर दी कहानी है अरविंद जी घर जी बिल्कुल किसी का बेटा पी रहा किसी का घर वाला पी रहा किसी का कोई पी रहा बड़ी है तो बड़ी प्रॉब्लम तो बड़ी है घर घर खराब होंगे ने पर एनीवे कोशिश करनी चाहिए है जी बैठ चुप ना बैठ जावे थैंक यू सो मच सुदर्शन जी होर भी सारे जरूर कॉल करो और दसो क्योंकि जिस तरह सुदर्शन जी ने कहा जसप्रीत ने कहा कि जिवें उन्हां नूं पहले तो शुरुआत उत्थों है कि मेरी फ्रेंड कह रही है इट नॉट अ बिग डील मैं ही तो नहीं कितने वड्डी गल बना रही क्योंकि दुनिया पीती है अजकल सो आई थिंक उहदे वास्ते बहुत जरूरी है कि वो एक गल तो जरूर जिहड़े हुण तक दस रहे ने कि फॉलो योर गट अगर थानू लग रहा इट्स अ इशू इट्स अ कंसर्न क्योंकि चेंजेस आए हैं उस फ्रेंड का हसबेंड किन्ना पींदा है उन्होंने घर का वातावरण की हैगा माइट बी डिफरेंट बट ये थोड़ी फैमिली टाइम चो निकल के उस जगह पर जा रहे हो और थानू जरा खास तौर पर जो तुम कहते हो कि असी जो कुछ होर प्रोग्राम बना रहे होंगे
ਤੇ ਉਸ ਉਹਨਾਂ ਦਾ ਧਿਆਨ ਉੱਥੇ ਹੀ ਹੁੰਦਾ ਵੀ ਬਸ ਮੈਂ ਕਦੋਂ ਉੱਥੇ ਚਲਾ ਜਾਵਾਂ ਐਂਡ ਆਲਮੋਸਟ ਸ਼ੋਰ ਹੋ ਤੁਸੀਂ ਕਿ ਦੈਟਸ ਦਾ ਓਨਲੀ ਅਟਰੈਕਸ਼ਨ ਕਿ ਪੀਣੀ ਹੈ ਸੋ ਦੈਟ ਇਜ਼ ਡੈਫੀਨੇਟਲੀ ਰੈੱਡ ਫਲੈਗ ਕਿ ਜ਼ਰੂਰ ਕੁਛ ਯੂ ਨੋ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ ਲੈਟ ਸੀ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਮਿੰਦਰ ਜੀ ਥੈਂਕ ਯੂ ਫੋਰ ਕਾਲਿੰਗ ਦੱਸੋ ਮੈਂ ਕਹਾਂਗੀ ਕਿ ਪਿਆਰ ਦੇਖੋ ਜਿਹੜਾ ਡਰਿੰਕ ਕਰਦਾ ਹੈ ਉਹਨੂੰ ਪਿਆਰ ਨਾਲ ਬੈਠ ਕੇ ਗੱਲ ਕਰੇ ਐਡਵਾਈਸ ਨਾ ਦੇਵੇ ਕੌਨਸੀਕੁਐਂਸਿਸ ਦੱਸੇ ਕਿ ਜ਼ਿਆਦਾ ਪੀਣ ਨਾਲ ਕਿੰਨੇ ਨੁਕਸਾਨ ਹੋ ਸਕਦੇ ਨੇ ਤੇ ਥੋੜਾ ਜਿਹਾ ਇਹ ਵੀ ਦੇਖੀਏ ਕਿ ਘਰ ਵਿੱਚ ਇਹ ਜ਼ਿਆਦਾ ਪੀਣ ਬਾਹਰ ਜਾ ਕੇ ਪੀਂਦਾ ਹੈ ਮੇ ਬੀ ਉਹ ਨਾਲ ਜਾਂਦੀ ਹੈ ਫੈਮਿਲੀ ਇਕੱਠੇ ਜਾਂਦੇ ਨੇ ਉਹਦੀ ਫਰੈਂਡ ਹੈਗੀ ਹੈ ਪਰ ਕਿਉਂ ਇਸ ਪਾਸੇ ਜਾ ਰਿਹਾ ਕਿ ਕੋਈ ਘਰ ਵਿੱਚ ਪ੍ਰੋਬਲਮ ਹੈ ਕੋਈ ਸਟ੍ਰੈਸਡ ਹੈ ਜਾਂ ਬੋਰ ਹੋ ਰਿਹਾ ਹੈ ਜਾਂ ਕੋਈ ਹੋਰ ਐਂਗਜ਼ਾਇਟੀ ਹੈ ਪਹਿਲੇ ਉਹ ਵੀ ਦੇਖੇ ਘਰ 'ਚ ਕੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਪਹਿਲੇ ਜ਼ਿਆਦਾ ਨਹੀਂ ਸੀ ਹੁਣ ਹੋਇਆ ਠੀਕ ਹੈ ਕੋਵਿਡ ਹੈਗਾ ਬਟ ਕੋਈ ਹੋਰ ਵੀ ਪ੍ਰੋਬਲਮ ਹੋਣੀ ਆ ਕੋਈ ਉਹਦੀ ਜੋਬ ਵੱਲੋਂ ਤੇ ਕੋਈ ਪ੍ਰੋਬਲਮ ਨਹੀਂ ਆ ਰਹੀ ਆ ਉਹਦੇ ਕਰਕੇ ਸਟ੍ਰੈਸ ਨਹੀਂ ਹੋ ਰਿਹਾ ਇਹ ਫਾਈਂਡ ਆਊਟ ਕਰੇ ਬਾਕੀ ਮੈਂ ਨਹੀਂ ਕਹਾਂਗੀ ਕਿਉਂਕਿ ਜਿਹੜਾ ਜ਼ਿਆਦਾ ਪੀਣ ਲੱਗ ਪਵੇ ਸਰਕਲ ਦੇ ਵਿੱਚ ਵੀ ਤੇ ਜੇ ਉਹਨੂੰ ਮੋਟੀ ਜ਼ਬਰਦਸਤੀ ਕਰੇਗੀ ਤੇ ਉਹ ਹੋਰ ਵਧੇਗਾ ਹੋਰ ਜ਼ਿਆਦਾ ਪੀਏਗਾ ਐਡਵਾਈਸ ਨਾ ਕਰੇ ਪਿਆਰ ਨਾਲ ਸਮਝਾਵੇ ਪਿਆਰ ਨਾਲ ਕਰੇ ਉਹਦੇ ਨਾਲ ਪੇਸ਼ ਆਵੇ ਕਿਉਂਕਿ ਮੈਂ ਦੇਖਿਆ ਕਿ ਜਿਹੜਾ ਪੀਂਦਾ ਵੇ ਉਹਨੂੰ ਕਹੋ ਨਹੀਂ ਪੀਣਾ ਤੇ ਉਹਨੂੰ ਜ਼ਿਆਦਾ ਪੀਣੀ ਹੈ ਸੋ ਬੰਦਾ ਹਰਮਿੰਦਰ ਜੀ ਡੂ ਯੂ ਐਗਰੀ ਜਿਸ ਤਰ੍ਹਾਂ ਯੂ ਨੋ ਕਿ ਉਸ ਜਗ ਉਸ ਟਾਈਮ 'ਤੇ ਕੁਛ ਇਨਵੈਂਟ ਕੀਤੇ ਜਾਣ ਕਿ ਹਾਂ ਮੈਂ ਇਹ ਟਾਈਮ ਕੱਢ ਲਿਆ ਮੈਂ ਕੁਛ ਹੋ ਕਿਉਂਕਿ ਹਾਲੇ ਮੈਂ ਬੜੇ ਸਾਰੇ ਸਵਾਲ ਉਹਨਾਂ ਨੂੰ ਪੁੱਛੇ ਅਤੇ ਡਰਿੰਕਿੰਗ ਇਸ਼ੂ ਨਹੀਂ ਬਣਿਆ ਉਹ ਅਡਿਕਟਿਵ ਨਹੀਂ ਹੋਇਆ ਵੀ ਜਦੋਂ ਨਹੀਂ ਕਿਸੇ ਵੇਲੇ ਕਿਸੇ ਰੀਜ਼ਨ ਕਰਕੇ ਬੱਚਾ ਬਿਮਾਰ ਸੀ ਪਿਛਲੇ ਡੇਢ ਹਫ਼ਤੇ ਤੋਂ ਨਹੀਂ ਗਏ ਤਾਂ ਨਹੀਂ ਗਏ ਉਹਨਾਂ ਨੇ ਨਹੀਂ ਪੀਤੀ ਸੋ ਐਟਲੀਸਟ ਡਰਿੰਕਿੰਗ ਇਸ਼ੂ ਨਹੀਂ ਬੜਿਆ ਤੇ ਇਟ ਇਜ਼ ਦ ਰਾਈਟ ਟਾਈਮ ਘਰੋਂ ਬਾਹਰ ਦਾ ਚਲੋ ਉੱਥੇ ਜਾਂਦੇ ਨੇ ਪਰ ਉਹ ਬਿਜ਼ੀ ਰੱਖ ਸਕਦੀ ਹੈ ਉਹਨਾਂ ਨੂੰ ਆ ਪ੍ਰੋਗਰਾਮ ਬਣਾਵੇ ਇਕੱਠੇ ਜਾਣ ਬੱਚਿਆਂ ਨੂੰ ਇਨਵੋਲਵ ਕਰੇ ਬੱਚਿਆਂ ਨੂੰ ਮਤਲਬ ਉਹਦੀ ਹੋਰ ਕੋਈ ਹਾਬੀ ਡਿਵੈਲਪ ਕਰੇ ਉਹਨੂੰ ਕੀਰਤਨ ਵੱਲ ਲਗਾਵੇ ਉਹਨੂੰ ਸਿਮਰਨ ਵਿੱਚ ਲਗਾਏ ਉਹਨੂੰ ਬਾਹਰ ਲੈ ਕੇ ਜਾਏ ਆਪ ਥੋੜੀ ਐਫਰਟ ਕਰੇ ਉਹਦੀਆਂ ਐਕਟੀਵਿਟੀਜ਼ ਨੂੰ ਡਾਇਵਰਟ ਕਰੇ ਜ਼ਰੂਰ ਨਹੀਂ ਹੈ ਕਿ ਉਹਨੇ ਉਹਦੇ ਘਰ ਹੀ ਜਾਣਾ ਹੈ ਕਿਤੇ ਹੋਰ ਵੀ ਜਾ ਸਕਦੀ ਹੈ ਕਲੱਬ ਜਾ ਸਕਦੇ ਨੇ ਪਾਰਟੀਆਂ ਜਾ ਸਕਦੇ ਨੇ ਅੱਜ ਕੱਲ ਤੇ ਥੋੜਾ ਮੁਸ਼ਕਿਲ ਹੈ ਬਟ ਹਾਂ ਜਾ ਸਕਦੇ ਨੇ ਆ ਮੰਦਰ ਜਾ ਸਕਦੇ ਨੇ ਵਾਟ ਐਵਰ ਥੋੜੀ ਡਾਇਵਰਟ ਕਰੇ ਵੋਟੀ ਵੀ ਐਫਰਟ ਕਰੇ ਕਿ ਉਹਨੂੰ ਡਾਇਵਰਟ ਕਰੇ ਉਹਦੀਆਂ ਐਕਟੀਵਿਟੀਜ਼ ਨੂੰ ਬੱਚਿਆਂ ਨੂੰ ਇਨਵੋਲਵ ਕਰੇ ਹੈਲਪ ਚਾਹੀਦੀ ਤੇ ਫੈਮਿਲੀ ਦੀ ਹੈਲਪ ਲਵੇ ਆਪਣੀ ਫੈਮਿਲੀ ਦੇ ਨਾਲ ਪ੍ਰੋਗਰਾਮ ਬਣਾਵੇ ਡਾਇਵਰਟ ਕਰ ਸਕਦੀ ਅਗਰ ਉਹ ਇਸ਼ੂ ਨਹੀਂ ਹੈ ਤੇ ਥੋੜੀ ਜਿਹੀ ਉਹਨੂੰ ਐਫਰਟ ਕਰਨੇ ਪੈਣੇ ਆ ਵਾਈਫ ਨੂੰ ਬਹੁਤ ਵਧੀਆ ਥੈਂਕ ਯੂ ਸੋ ਮਚ ਹਰਮਿੰਦਰ ਜੀ ਜ਼ਰੂਰ ਯੂ ਨੋ ਕੁਛ ਹੋਰ ਹੋਏ ਧਿਆਨ 'ਤੇ ਜ਼ਰੂਰ ਕਾਲ ਕਰੋ ਬਟ ਬਿਲਕੁਲ ਸਹੀ ਹੈ ਔਰ ਕੋਈ ਵੀ ਚੀਜ਼ ਜਿਹੜੀ ਥੋੜ੍ਹੀ ਜਿਹੀ ਐਡਿਕਟਿਵ ਹੈਗੀ ਹੈ ਉਹਦੇ ਵਿੱਚ ਗੈਪ ਪਾ ਲੈਣਾ ਇੱਕ ਗੋਲ ਹੈ ਕਿ ਯੂ ਨੋ ਉਸ ਚੀਜ਼ ਨੂੰ ਲੰਘਾ ਲਓ ਖਾਲੀ ਟਾਈਮ ਜਿਹੜਾ ਹੈਗਾ ਉਹਨੂੰ ਲਗਾ ਲਓ ਜਿਵੇਂ ਇਹਨਾਂ ਨੂੰ ਲੱਗ ਰਿਹਾ ਐਵਰੀ ਡੇ ਹੋਣ ਲੱਗ ਗਿਆ ਪਹਿਲੇ ਐਵਰੀ ਵੀਕਐਂਡ ਹੁੰਦਾ ਸੀ ਫਿਰ ਯੂ ਨੋ ਟਵਾਈਸ ਥ੍ਰਾਈਸ ਡੇ ਹੋ ਗਿਆ ਹੁਣ ਲਾਈਕ ਲੱਭਦੇ ਹੈ ਕਿ ਜਿਵੇਂ ਰੋਜ਼ ਹੀ ਇਸ ਤਰ੍ਹਾਂ ਹੋ ਜਾਏ ਵਿੱਚ ਇੱਕ ਅੱਧਾ ਦਿਨ ਛੋੜ ਕੇ ਹਫ਼ਤੇ ਹਫ਼ਤੇ ਜੋ ਰਿਹਾ ਸੀ ਸੋ ਦਾ ਆਈ ਥਿੰਕ ਦੈਟਸ ਅ ਗ੍ਰੇਟ ਟਿਪ ਕਿ ਟਾਈਮ ਵਧਾਓ ਵਿੱਚ ਜਦੋਂ ਨਹੀਂ ਹੈਗਾ ਸੋ ਦੈਟ ਇੱਕ ਪਾਸੋਂ ਉਹਦੀ ਡਰਿੰਕਿੰਗ ਇਸ਼ੂ ਬਣਨ ਤੋਂ ਰੁਕੇ ਐਂਡ ਦੂਸਰੇ ਪਾਸੇ ਯੂ ਨੋ ਲਾਈਫ ਵਿੱਚ ਜਿਵੇਂ ਕਹਿੰਦੇ ਨਾ ਕਿ ਹੈਵ ਅ ਲਾਈਫ ਉਹੀ ਹੈ ਕਿ ਡਿਸਟਰੈਕਟ ਇਨ ਟੂ ਸਮ ਅਦਰ ਫਨ ਐਕਟੀਵਿਟੀਜ਼ ਬੱਚਿਆਂ ਨਾਲ ਗੇਮਸ ਆਈ ਅੰਡਰਸਟੈਂਡ ਕਿ ਇਹ ਥੋੜ੍ਹਾ ਜਿਹੜਾ ਰਿਸਟ੍ਰਿਕਟਿਵ ਮੂਵਮੈਂਟਸ ਹੈਗੀਆਂ ਸਾਡੀਆਂ ਅੱਜ ਕੱਲ੍ਹ ਕੋਵਿਡ ਇਜ਼ ਸਟਿਲ ਅ ਰਿਸਕ ਅਤੇ ਯੂ ਨੋ ਆਈ ਐਮ ਸ਼ੋਰ ਆਈ ਵੀ ਹੋਪ ਕਿ ਵੈਕਸੀਨ ਜਲਦੀ ਤੋਂ ਜਲਦੀ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਨੂੰ ਲੱਗੇ ਫਿਰ ਵੀ 5-8 ਮਹੀਨੇ ਤਾਂ ਕਿਤੇ ਨਹੀਂ ਗਏ ਪਰ ਦ ਪੁਆਇੰਟ ਇਜ਼ ਕਿ ਉਸ ਵੇਲੇ ਵੀ ਥੋੜ੍ਹੀ ਜਿਹੀ ਉਹੀ ਐਫਰਟ ਕਰਨੀ ਪੈਣੀ ਹੈ ਟੂ ਥਿੰਕ ਕਿ ਹਾਂ ਜੀ ਮੂਵੀ ਨਾਈਟ ਭਾਵੇਂ ਘਰ ਹੀ ਦੋਨੋਂ ਰੋਮਾਂਟਿਕ ਮੂਵੀ ਨਾਈਟ ਔਰ ਸਮਥਿੰਗ ਵਿਚ ਇਜ਼ ਕਿ ਉਹ ਉਸ ਵੇਲੇ ਨਾ ਕਰੇ ਭਾਵੇਂ ਉਹਦਾ ਧਿਆਨ ਹੋ ਸਕਦਾ ਸ਼ੁਰੂ 'ਚ ਉੱਥੇ ਹੀ ਰਹੇ ਬਟ ਜਿਵੇਂ ਜਿਵੇਂ ਟਾਈਮ ਵਧੇਗਾ ਦ ਡਿਫਰੈਂਸ ਬਿਟਵੀਨ ਟੂ ਡੇਜ਼ ਜਿਹਦੇ 'ਚ ਉਹ ਪੀਂਦਾ ਉਹ ਵੱਧਦਾ ਜਾਏ ਅਤੇ ਇਟ ਵਿਲ ਬੀ ਰੀਅਲੀ ਹੈਲਪਫੁਲ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਤੁਸੀਂ ਕਾਲ ਜ਼ਰੂਰ ਕਰੋ ਅਤੇ ਗੱਲ ਸਾਡੇ ਨਾਲ ਜ਼ਰੂਰ ਕਰੋ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਇਸ ਯੂ ਨੋ ਭੈਣ ਨਾਲ ਜਿਹੜੀ ਕਿ ਕੰਸਰਨਡ ਹੈ ਕਿਉਂਕਿ ਇਹਨਾਂ ਦੇ ਹਸਬੈਂਡ ਇਹਨਾਂ ਦੀ ਹੀ ਬਹੁਤ ਕਲੋਜ਼ ਫਰੈਂਡ
ਉਹਨਾਂ ਦੇ ਹਸਬੈਂਡ ਨਾਲ ਬਹੁਤ ਜ਼ਿਆਦਾ ਬੈਠ ਕੇ ਪੀਣ ਲੱਗ ਗਏ ਹੈ, ਚੇਂਜਸ ਆਏ ਹੈ ਫੈਮਿਲੀ ਦੇ ਵਿੱਚ, ਉਸ ਚੀਜ਼ ਕਰਕੇ ਇਹਨਾਂ ਦਾ ਕਾਫੀ ਹੱਦ ਤੱਕ ਆਰਗੂਮੈਂਟਸ ਹੁੰਦੇ ਰਹਿੰਦੇ ਹੈ, ਇਸ਼ੂਜ਼ ਹੁੰਦੇ ਹੈ, ਔਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੋਵਿਡ ਦੇ ਟਾਈਮ ਜਦੋਂ ਅਸੀਂ ਜ਼ਿਆਦਾ ਬੰਦਿਆਂ ਨੂੰ ਨਹੀਂ ਮਿਲ ਰਹੇ ਤਾਂ ਇਹ ਵੱਧ ਗਿਆ ਬਹੁਤ, ਔਰ ਇਹਨਾਂ ਨੂੰ ਡਰ ਇਹ ਹੈ ਕਿ ਉਹ ਇਹਨਾਂ ਦੇ ਹਸਬੈਂਡ ਦਾ ਦੀ ਇੱਕ ਤਰ੍ਹਾਂ ਨਾਲ ਯੂ ਨੋ ਅਡਿਕਸ਼ਨ ਨਾ ਬਣ ਜਾਏ, ਡਰਿੰਕਿੰਗ ਇਸ਼ੂ ਨਾ ਬਣ ਜਾਏ, ਉਹ ਬਹੁਤ ਜ਼ਿਆਦਾ ਹਮੇਸ਼ਾ ਵਾਸਤੇ ਪੀਣ ਨਾ ਲੱਗ ਜਾਣ। ਇਸ ਪਿੱਛੇ ਉਹ ਕੀ ਕਰਨ, ਆਪਣੀ ਫਰੈਂਡ ਤੋਂ ਵੀ ਦੂਰ ਨਹੀਂ ਜਾਣਾ ਚਾਹੁੰਦੇ ਔਰ ਆਪਣੇ ਹਸਬੈਂਡ ਤੋਂ ਵੀ, ਬਟ ਇਸ ਵੇਲੇ ਕੀ ਕਰ ਸਕਦੇ ਨੇ ਜਿਹਦੇ ਨਾਲ ਇਹ ਸਿਚੁਏਸ਼ਨ ਯੂ ਨੋ ਡੈਫਰ ਹੋ ਜਾਏ। ਲੈਟ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ ਗੁਰਦੀਪ ਜੀ, ਕੀ ਹਾਲ? ਬਹੁਤ ਵਧੀਆ ਅਰਵਿੰਦ ਜੀ। ਇਹ ਪਹਿਲੀ ਗੱਲ ਤਾਂ ਇਹ ਕਿ ਇਹਦਾ ਹੱਲ ਉਹੀ ਬੰਦਾ ਦੱਸ ਸਕਦਾ ਸਭ ਤੋਂ ਬੈਸਟ ਜਿਹੜਾ ਖੁਦ ਅਲਕੋਹਲਿਕ ਰਿਹਾ ਹੋਵੇ ਕਾਫੀ ਲੰਬੇ ਸਮੇਂ ਤੋਂ। ਓਕੇ, ਤੇ ਮੈਂ ਅਲਕੋਹਲਿਕ ਰਿਹਾ, ਮੈਂ ਥੋੜਾ ਬਹੁਤ ਦੱਸ ਸਕਦਾ ਜੋ ਮੇਰਾ ਐਕਸਪੀਰੀਅੰਸ ਹੈ। ਥੈਂਕ ਯੂ ਫੋਰ ਸ਼ੇਅਰਿੰਗ, ਬਹੁਤ ਵੀ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਇਹ ਚੀਜ਼ ਯੂ ਨੋ ਆਪ ਮੰਚ ਤੇ ਹੰਡਾਈ ਹੈ ਐਂਡ ਤੁਸੀਂ ਓਪਨ ਹੋ ਇਸ ਵੇਲੇ ਕਿ ਤੁਸੀਂ ਸ਼ੇਅਰ ਕਰੋ ਤਾਂ ਕਿ ਕਿਸੇ ਹੋਰ ਦਾ ਫਾਇਦਾ ਹੋਏ। ਸੋ ਥੈਂਕ ਯੂ ਸੋ ਮਚ। ਹਾਂਜੀ, ਮੈਂ ਸ਼ੋਰਟ ਚ ਹੀ ਸਾਰਾ ਕੁਝ ਦੱਸੂਗਾ, ਪਰ ਬਹੁਤ ਲੰਬਾ ਵਿਸ਼ਾ ਆ ਕਿਉਂਕਿ ਜਿਹੜੇ ਵੀ ਜਿੰਨੇ ਵੀ ਅਲਕੋਹਲਿਕ ਹੁੰਦੇ ਇਹਨਾਂ ਦੀਆਂ ਟਾਈਪਸ ਬਹੁਤ ਪ੍ਰਕਾਰ ਦੀਆਂ ਆ, ਤੁਸੀਂ ਦੱਸੋ। ਹਾਂਜੀ, ਇਹਦੇ ਕਾਰਨ ਵੀ ਬਹੁਤ ਹੈ, ਮੈਂ ਮੋਟੀ ਮੋਟੀ ਗੱਲ ਦੱਸ ਦਿੰਦਾ। ਪਹਿਲੀ ਗੱਲ ਤਾਂ ਇਹ ਆ ਕਿ ਦੋਨੋਂ ਹੀ ਪੂਰੀ ਤਰ੍ਹਾਂ ਅਲਕੋਹਲਿਕ ਹੋ ਚੁੱਕੇ ਆ, ਇਹ 100% ਕਲੀਅਰ ਹੈ। ਦੂਜਾ, ਅਲਕੋਹਲਿਕ ਹੋਣ ਤੋਂ ਬਾਅਦ ਲਗਭਗ ਅਸੰਭਵ ਹੁੰਦਾ ਹੈ, ਪਰ ਕਈ ਕੇਸਾਂ ਵਿੱਚ 100 ਚੋਂ 2 ਕਹਿ ਦਿਓ ਠੀਕ ਵੀ ਹੁੰਦੇ ਦੇਖੇ ਗਏ ਆ, ਘਿਓ ਮੱਲਾਂ ਲਈ, ਸ਼ਰਾਬ ਗੱਲਾਂ ਲਈ। ਜਿਹੜੇ ਸ਼ਰਾਬੀ ਹੁੰਦੇ ਆ ਜਾਂ ਅਲਕੋਹਲਿਕ ਹੁੰਦੇ, ਉਹਨਾਂ ਨੂੰ ਉੱਦਾਂ ਗੱਲਾਂ ਬਾਤਾਂ ਆਉਂਦੀਆਂ ਨਹੀਂ ਜ਼ਿਆਦਾ, ਉਹ ਜਦੋਂ ਪੀਂਦੇ ਆ ਕੁੱਟ ਕੁੱਟ ਲਾਉਂਦੇ ਆ, ਫਿਰ ਉਹਨਾਂ ਨੂੰ ਗੱਲਾਂ ਬਾਤਾਂ ਕਰਨ 'ਚ ਮਜ਼ਾ ਆਉਂਦਾ। ਇਸੇ ਲਈ ਕਿਸੇ ਨੇ ਕਿਹਾ ਵੀ ਘਿਓ ਮੱਲਾਂ ਲਈ, ਸ਼ਰਾਬ ਗੱਲਾਂ ਲਈ। ਸ਼ਾਮ ਹੁੰਦੇ ਹੀ ਮਨ ਉੱਥੇ ਜਾਵੇਗਾ ਹੀ ਜਾਵੇਗਾ, ਕੋਈ ਦੁਨੀਆਂ ਦੀ ਤਾਕਤ ਰੋਕ ਨਹੀਂ ਸਕੇਗੀ। ਕੋਈ ਵੀ ਨਸ਼ਾ ਹੋਵੇ, ਹਰ ਪਾਸਿਓਂ ਘਾਟਾ ਹੀ ਘਾਟਾ, ਮੇਰਾ ਐਕਸਪੀਰੀਅੰਸ ਹੈ। ਲੈਕਚਰ ਕੰਮ ਨਹੀਂ ਕਰੇਗਾ, ਟੋਟਲੀ ਲੈਕਚਰ ਤਾਂ ਦੇਣਾ ਹੀ ਨਹੀਂ, ਬਾਈ ਫੋਰਸਲੀ ਵੀ ਨਹੀਂ, ਬਾਈ ਫੋਰਸਲੀ ਵੀ ਤੁਸੀਂ ਇਹ ਚੀਜ਼ ਨਹੀਂ ਹਟਾ ਸਕਦੇ। ਬਾਈ ਲਵ ਸੰਭਵ ਹੋ ਸਕੇਗਾ, ਪਰ ਬਾਈ ਲਵ ਬਹੁਤ ਮਿਹਨਤ ਦੀ ਲੋੜ ਪੈਂਦੀ ਹੈ, ਬਾਈ ਲਵ ਕਾਫੀ ਔਖਾ ਆ, ਨਹੀਂ ਕਰ ਪਾਉਣਗੇ। ਐਲਕੋਹਲਿਕ ਬੰਦਾ ਹੋ ਜਾਵੇ ਤਾਂ ਬਿਗ ਠੋਕਰ ਦੀ ਲੋੜ ਪੈਂਦੀ ਹੈ, ਕਈਆਂ ਨੂੰ ਤਾਂ ਬਹੁਤ ਬੜੀ ਬਿਗ ਠੋਕਰ ਦੀ ਲੋੜ ਪੈਂਦੀ ਆ। ਮੈਂ ਹੋਮਲੈਸ ਹੋ ਗਿਆ ਸੀ ਡਿਊ ਟੂ ਅਲਕੋਹਲਿਕ, 7 ਮਹੀਨੇ ਪੁਲਾਂ ਥੱਲੇ ਸੁੱਤਿਆ, ਬਹੁਤ ਵੱਡੀ ਠੋਕਰ ਲੱਗੀ। ਉਹ ਤੋਂ ਬਾਅਦ ਠੀਕ ਹੋਣ ਲੱਗਾ, ਉਹ ਵੀ ਤਦ ਜਦ ਮੇਰਾ ਦਿਲ ਆਪ ਮੰਨਿਆ ਕਿ ਮੈਨੂੰ ਹੁਣ ਠੀਕ ਹੋਣਾ ਹੀ ਪੈਣਾ ਹੈ। ਦੋ ਪਾਸੇ ਹੋ ਜਾਂਦੇ ਫਿਰ ਉਸ ਦੇ 'ਚ ਜਾ ਕੇ, ਜਾਂ ਤਾਂ ਤੁਸੀਂ ਮਰ ਜਾਓ ਜਾਂ ਤੁਸੀਂ ਜਿੰਦਾ ਰਹਿ ਸਕਦੇ ਹਾਂ। ਜੇ ਜਿੰਦਾ ਰਹਿਣ ਦੀ ਖਾਹਿਸ਼ ਹੈ ਤਾਂ ਛੱਡਣੀ ਹੀ ਪਏਗੀ, ਨਹੀਂ ਤਾਂ ਮਰ ਜਾਂਦੇ ਆ ਬੰਦੇ। ਮੇਰੇ ਸਾਰੇ ਹੀ ਦੋਸਤ ਅਲਕੋਹਲਿਕ ਮਰ ਗਏ, ਮੇਰੇ ਤੋਂ ਜਿੰਨੇ ਵੀ ਸੀਗੇ ਸਾਰੇ ਹੀ ਮਰ ਗਏ। ਮੈਂ ਇੱਕ ਬੱਚਿਆ, ਉਹਦਾ ਵੀ ਰੀਜ਼ਨ ਬਹੁਤ ਲੰਬਾ ਆ ਕਿਉਂ ਬੱਚਿਆ। ਬਾਕੀ ਹੁਣ ਦੂਜਾ, ਅਲਕੋਹਲਿਕ ਅਨੋਨੀਮਸ ਕਲਾਸਾਂ ਲੱਗਦੀਆਂ, ਮੈਂ ਬਹੁਤ ਸਾਲ 6-7 ਸਾਲ ਉਹ ਕਲਾਸਾਂ ਅਟੈਂਡ ਕੀਤੀਆਂ, ਪਰ ਫਿਰ ਵੀ ਕਦੀ ਕਦੀ ਦੌਰਾ ਪੈ ਜਾਂਦਾ ਸੀ। ਉਹ ਤੋਂ ਫਿਰ ਬਾਅਦ ਮੈਂ ਕੇਸ ਮੈਨੇਜਰ ਕੀਤੇ, ਇਹਨਾਂ ਦੇ ਸੈਂਟਰ ਬਣੇ ਹੁੰਦੇ ਇੱਥੇ ਸਾਡੇ ਓਕਲਾਹੋਮਾ 'ਚ, ਉਹਨੂੰ ਕਹਿੰਦੇ 12 and 12 ਸੈਂਟਰ। ਉੱਥੇ ਮੈਂ ਅਜੇ ਵੀ ਜਾਂਦਾ ਅਰਵਿੰਦ ਜੀ, ਅਜੇ ਵੀ ਮੈਂ 2 ਮਹੀਨੇ ਬਾਅਦ ਕਲਾਸ ਉਹਦੀ, ਮੈਨੇਜਰ ਦੀ ਕਲਾਸ 2 ਮਹੀਨੇ ਬਾਅਦ, ਮੇਰੀ 24 ਤਰੀਕ ਦੀ ਫਿਰ ਕਲਾਸ ਹੈ, ਮੈਂ ਉਹ ਲੈ ਕੇ ਅਟੈਂਡ ਕਰਦਾ ਹਾਂ ਅਜੇ। ਹਾਲਾਂਕਿ ਮੈਨੂੰ 8 ਸਾਲ ਹੋ ਗਏ, ਆਈ ਐਮ ਨੋ ਡਰਿੰਕਿੰਗ, ਪਰ 8 ਸਾਲ ਹੋ ਗਏ, ਪਰ ਇੱਕ ਦਿਲ ਵਿੱਚ ਧੜਕੂ ਹੈ ਕਿ ਨਹੀਂ ਇਹਨੂੰ ਕੰਪਲੀਟਲੀ ਖਤਮ ਕਰਨਾ, ਦਿਲ 'ਚ ਆਵੇ ਹੀ ਨਾ। ਸੋ ਉਹਨਾਂ ਕੋਲ ਘੱਟੋ ਘੱਟ ਆਊਟ ਪੇਸ਼ੈਂਟ ਜਾਇਆ ਜਾਵੇ, ਉਹ ਰੱਖਦੇ ਵੀ ਆ ਉੱਥੇ, ਉੱਥੇ ਰਹਿਣਾ ਥੋੜ੍ਹਾ ਔਖਾ ਆ, ਉੱਥੇ ਰੱਖਦੇ ਵੀ ਆ ਜੇ ਜ਼ਿਆਦਾ ਪ੍ਰੋਬਲਮ ਆ, ਨਹੀਂ ਤਾਂ ਤੁਸੀਂ ਜਦ ਤੁਸੀਂ ਆਪਣਾ ਮਨ, ਪਹਿਲਾਂ ਤਾਂ ਉਹਨਾਂ ਨੂੰ ਆਪਣਾ ਮਨ ਬਣਾਉਣਾ ਪਏਗਾ, ਜਿਹਨੇ ਛੱਡਣੀ ਹੈ ਉੱਦਾਂ ਨਹੀਂ ਛੁੱਟ ਸਕਦੀ ਉਹ। ਬਾਕੀ ਪੇਸ਼ੈਂਟ ਜਾਣੀ ਖੁਦ ਮੰਨੇ ਕਿ ਮੈਂ ਅਲਕੋਹਲਿਕ ਹੋ ਗਿਆ, ਅਲਕੋਹਲਿਕ ਤਾਂ ਹੋ ਹੀ ਗਿਆ, ਔਰ ਇਸ ਬਿਮਾਰੀ ਨੂੰ ਦੂਰ ਕਰਨਾ ਜ਼ਰੂਰੀ ਹੈ। ਉਹ ਕਈਆਂ ਨੂੰ ਥੋੜ੍ਹੀ ਛੋਟੀ ਠੋਕਰ ਦੀ ਲੋੜ ਹੁੰਦੀ ਹੈ, ਉਹ ਠੀਕ ਹੋ ਜਾਂਦੇ ਆ, ਕਈਆਂ ਨੂੰ ਬਹੁਤ ਬੜੀ ਠੋਕਰ ਜਿੱਦਾਂ ਮੈਨੂੰ ਲੱਗੀ, ਮੈਂ ਸਾਰਾ ਕੁਛ ਗੁਆ ਕੇ ਹੋਮਲੈਸ ਹੋ ਗਿਆ। ਇਹ ਤਾਂ ਗੁਆਏਗਾ ਗੁਆਏਗਾ, ਜਿੰਨਾ ਵੀ ਮਰਜ਼ੀ ਕੋਈ ਅਮੀਰ ਆਦਮੀ ਹੈ ਉਹਦਾ ਸਭ ਕੁਛ ਜਾਏਗਾ ਜਾਏਗਾ। ਇਹ ਬਹੁਤ ਭੈੜੀ ਬਿਮਾਰੀ ਹੈ ਅਲਕੋਹਲਿਕ। ਮੈਂ 17 ਸਾਲ ਤੋਂ ਪੀਣ ਸ਼ੁਰੂ ਕੀਤੀ ਸੀ ਔਰ 60 ਸਾਲ ਤੱਕ ਮੈਂ ਅਲਕੋਹਲਿਕ ਹੀ ਰਿਹਾ, 8 ਸਾਲ ਤੋਂ ਆਇਆ ਮੌਕੇ।
ਪਰ ਬਹੁਤ ਕਲਾਸਾਂ, ਬਹੁਤ ਮਨ ਨੂੰ ਮਾਰਿਆ, ਬਹੁਤ ਕੁਛ ਕੀਤਾ, ਬਹੁਤ ਹੰਡਾਇਆ, ਪਰਿਵਾਰ ਟੁੱਟ ਜਾਂਦੇ ਆ, ਤੁਹਾਡੀ ਲਾਈਫ ਬਰਬਾਦ ਹੋ ਜਾਂਦੀ ਹੈ। ਬਹੁਤ ਬੁਰੀ ਚੀਜ਼ ਹੈ। थैंक यू सो मच गुरदीप जी के बस अपने मन तो ज्यादा उन्होंने ठोकर लगेगी ठीक होंगे जा उन्होंने बड़ी ठोकर चाहिए है जा उन्होंने मन बनाना पेगा कि नहीं मैनू ये छड़ना ही पैना बाकी कोई फार्मूला नहीं ना प्यार ना हल होना कुछ नहीं होना जिन्ना मर्जी कर लो बहुत औखा 100 to 1% बंदा ठीक होंदा। बहुत वधिया गुरदीप जी थैंक यू सो मच। और ए सगे गुरदीप जी जिन्होंने इस चीज़ चो लंघे ने उन्हों का एक्सपीरियंस है बिल्कुल इन्हों की गल तो मैं जरूर यह ध्यान आता है कि जरूर इस पैन इंटरवेंशन जरूर इतने यू नो चाहिए है ता कि तुसी पूरी असैसमेंट जरूर कराओ किसी डॉक्टर तो इन्हों के डॉक्टर ही दसो कि इस तरह हो रहा है ता कि पता लगे कि ड्रिंकिंग इशू बन चुका है कि प्री ड्रिंकिंग ਦਾ ਉਹ ਟਾਈਮ ਹੈ ਸੋ ਦੈਟ ਤੁਸੀਂ ਆਪਣੇ ਵੱਲੋਂ ਵੀ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਅਸੀਂ ਕਿਹਾ ਕਿ ਗੈਪ ਵਧਾਉਣਾ ਦੋ ਉਹਦੇ ਵਿੱਚ ਜ਼ਰੂਰ ਹੈ ਕਿ ਹੀ ਇਜ਼ ਨੋਟ ਅ ਬਿੰਜ ਡਰਿੰਕਰ ਹੀ ਇਜ਼ ਨੋਟ ਕਿ ਇੱਕ ਅੱਜ ਸ਼ੁਰੂ ਕੀਤੀ ਹੈ ਅਤੇ ਯੂ ਨੋ ਕਰਦੇ ਰਹਿਣਗੇ ਵਿੱਚ ਉਹਨਾਂ ਨਾਲ ਨਹੀਂ ਮਿਲ ਰਹੇ ਅਤੇ ਨਹੀਂ ਵੀ ਕਰ ਰਹੇ ਪਰ ਇਹਨਾਂ ਦਾ ਡਰ ਕਿ ਉਹਨਾਂ ਨਾਲ ਕਾਫੀ ਮਿਲ ਰਹੇ ਨੇ ਔਰ ਕਾਫੀ ਜ਼ਿਆਦਾ ਕਰ ਰਹੇ ਨੇ ਸੋ ਯੂ ਨੋ ਪਰ ਇਹ ਐਕਸਪੀਰੀਅੰਸ ਜਿਹੜਾ ਗੁਰਦੀਪ ਜੀ ਨੇ ਸ਼ੇਅਰ ਕੀਤਾ ਕਿਉਂਕਿ ਉਹਨਾਂ ਨੇ ਖੁਦ ਆਪਣੇ 'ਤੇ ਹੰਡਾਇਆ ਹੋਇਆ ਸੋ ਬਹੁਤ ਵੈਲਿਊਬਲ ਹੈ ਸਾਡੇ ਵਾਸਤੇ ਸਾਰੇ ਸੁਣਨ ਵਾਲਿਆਂ ਵਾਸਤੇ ਔਰ ਖਾਸ ਤੌਰ 'ਤੇ ਪਾਰਟਨਰਸ ਵਾਸਤੇ ਜਿਵੇਂ ਵਾਈਫ ਜਿਹੜੀ ਹੈ ਉਹਨੂੰ ਬੜਾ ਉਹ ਲੱਗ ਰਿਹਾ ਸੋ ਕੁਛ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਐਟਲੀਸਟ ਇਸ ਤੋਂ ਪਤਾ ਲੱਗਦਾ ਯੈਸ ਕੁਛ ਜ਼ਰੂਰ ਠੀਕ ਹੈ ਯੂ ਨੋ ਸੈਲਫ ਐਕਸਪੀਰੀਅੰਸ ਹੋ ਕਿ ਹਾਂ ਡਰਾਵਾ ਐਡਵਾਈਸ ਲੈਕਚਰ ਡਜ਼ਨਟ ਵਰਕ ਸੋ ਡਾਕਟਰ ਕੈਨ ਵਰਕ ਹਿਜ਼ ਓਨ ਸੈਲਫ ਸ਼ੁੱਡ ਕਮ ਐਂਡ ਦੈਨ ਦ ਨੈਚੁਰਲ ਕਿ ਹਾਂ ਜੀ ਮੌਕਾ ਹੀ ਨਹੀਂ ਬਣਿਆ ਮੌਕਾ ਹੀ ਨਹੀਂ ਬਣਿਆ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਕਮ ਬੈਕ ਯੂ ਡੋਂਟ ਗੋ ਐਨੀਵੇਅਰ ਸਾਰਿਆਂ ਦਾ ਫਿਰ ਸਵਾਗਤ ਹੈ ਲੈਟ ਸੀ ਹੋਰ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿੰਦਰ ਜੀ ਦੱਸੋ ਹਾਂਜੀ ਬਸ ਜਿਵੇਂ ਉਹ ਭਾਈ ਸਾਹਿਬ ਨੇ ਹੁਣ ਦੱਸਿਆ ਏ ਹੈ ਜੀ ਪਹਿਲਾਂ ਮੇਰੇ ਗ੍ਰੈਂਡਫਾਦਰ ਪੀਂਦੇ ਸੀ ਬਹੁਤ ਪੀਂਦੇ ਸੀਗੇ ਜੀ ਤੇ ਆਪਣੇ ਆਪ ਹੀ ਜਦੋਂ ਟਾਈਮ ਆਇਆ ਮਤਲਬ ਕੋਈ ਸੌਖੀ ਤਰ੍ਹਾਂ ਨਹੀਂ ਆਇਆ ਗਾ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ ਬਹੁਤ ਜ਼ਿਆਦਾ ਠੇਕੇਦਾਰ ਸੀ ਤੇ ਉੱਥੇ ਜਦੋਂ ਮੇਰੇ ਫਾਦਰ ਛੋਟੇ ਸੀ ਜਵਾਨੀ ਦੇ ਵਿੱਚ ਉਹ ਵੀ ਜਾਂਦੇ ਉੱਥੇ ਤੇ ਕੰਮ ਹੀ ਇਹੋ ਜਿਹਾ ਸੀ ਜਿੰਨਾ ਠੇਕੇਦਾਰ ਹੁਣ 100-100 ਬੰਦਾ ਕੰਮ ਕਰਦਾ ਏ ਤੇ ਉੱਥੇ ਉਹ ਵੀ ਨਾਲ ਪੀਣ ਲੱਗ ਜਾਂਦੇ ਤੇ ਮਤਲਬ ਬਹੁਤ ਹੀ ਜ਼ਿਆਦਾ ਠੇਕੇ ਵਿੱਚ ਘਾਟਾ ਪੈ ਗਿਆ ਘਾਟਾ ਵੀ ਜਿਵੇਂ ਬਿਜ਼ਨਸ ਹੁੰਦੇ ਆ ਜਦੋਂ ਆਉਂਦੇ ਆ ਉਦੋਂ ਵੀ ਸਾਨੂੰ ਪਤਾ ਨਹੀਂ ਲੱਗਦਾ ਕਿੱਥੋਂ ਪੈਸਾ ਆ ਰਿਹਾ ਏ ਤੇ ਫਿਰ ਉਹ ਜਾਣਦਾ ਜਾਂਦੇ ਕੁਦਰਤੀ ਮਾਇਆ ਨਹੀਂ ਹੈ ਨਾ ਸਭ ਕੁਛ ਕੁਦਰਤੀ ਚੱਲ ਰਿਹਾ ਏ ਤੇ ਫਿਰ ਮੇਰੇ ਫਾਦਰ ਪੀਣ ਲੱਗ ਗਏ ਫਿਰ ਮਤਲਬ ਉਹਦੇ ਵਿੱਚ ਇੱਕ ਟਾਈਮ ਇਹੋ ਜਿਹਾ ਆਇਆ ਮੇਰੇ ਫਾਦਰ ਨੂੰ ਮੇਰੀ ਮੰਮੀ ਕਹਿੰਦੇ ਵੀ ਹੁਣ ਕੋਈ ਰੋਟੀ ਰੋਜੀ ਦਾ ਸਾਧਨ ਨਹੀਂ ਗਾ ਤੇ ਹੁਣ ਤੁਸੀਂ ਫੌਜ ਵਿੱਚ ਜਾਓ ਉਹਨਾਂ ਨੇ ਆਪ ਮੇਰੇ ਫਾਦਰ ਨੂੰ ਫੌਜ ਵਿੱਚ ਭੇਜਿਆ ਆਪ ਬੰਦਿਆਂ ਦੀ ਤਰ੍ਹਾਂ ਘਰੇ ਕੰਮ ਕੀਤਾ ਜਦੋਂ ਫਾਦਰ ਹੁਣ ਤੁਹਾਨੂੰ ਦੱਸਦੀ ਹੈ ਰਿਟਾਇਰ ਹੋ ਕੇ ਆ ਗਏ ਹੁਣ ਫੌਜੀ ਦਾ ਕੰਮ ਹੈ ਪੀਣਾ ਬਾਹਰ ਜਦੋਂ ਹੁੰਦੇ ਆ ਹੈ ਜੀ ਤੇ ਉਦੋਂ ਫੈਮਿਲੀ ਵੀ ਨਾਲ ਨਹੀਂ ਹੁੰਦੀ ਗੀ ਤੇ ਪਤਾ ਨਹੀਂ ਕਿੱਥੇ ਕਿੱਥੇ ਬਹੁਤ ਜ਼ਿਆਦਾ ਜਿੱਥੇ ਠੰਡ ਹੁੰਦੀ ਆ ਜਾਂ ਕੁਛ ਹੁੰਦਾ ਏ ਉਹ ਜਦੋਂ ਛੁੱਟੀ ਵੀ ਆਉਂਦੇ 2 ਮਹੀਨੇ ਛੁੱਟੀ ਆਏ ਹੁੰਦੇ ਸੀ ਆਪਣੇ ਦੋਸਤਾਂ ਨਾਲ ਪੀਣਾ ਇਹਨਾਂ ਨੂੰ ਕੀ ਕਹੋਗੇ ਤੁਸੀਂ ਜੀ ਇਹਨਾਂ ਨੂੰ ਕੀ ਕਹੋਗੇ ਤੁਸੀਂ ਇਹ ਜਿਹੜਾ ਹਾਂਜੀ ਹੁਣ ਮੈਂ ਤੁਹਾਨੂੰ ਆਪਦੀ ਬਸ 2 ਮਿੰਟਾਂ ਦੀ ਗੱਲ ਫਿਰ ਮੇਰੇ ਬ੍ਰਦਰ 4 ਆ 4 ਹੀ ਪੀਂਦੇ ਆ ਤੇ ਮਤਲਬ ਕੋਈ ਅਸੀਂ ਸਾਡੀ ਮਾਂ ਨੇ ਲੜ ਲੜ ਕੇ ਵੀ ਮਤਲਬ ਜਿਵੇਂ ਨਾ ਦੇਖ ਲਿਆ ਜਦੋਂ ਪੀਂਦੇ ਹੁੰਦੇ ਸੀ ਉਦੋਂ ਮੈਂ ਵੀ ਕੁਆਰੀ ਸੀ ਅਸੀਂ ਕੁਛ ਨਹੀਂ ਸੀ ਬੋਲਦੇ ਹੁੰਦੇ ਕਿ ਕੋਈ ਵੀ ਸਾਡੇ ਘਰ ਦੇ ਵਿੱਚੋਂ ਆਵਾਜ਼ ਉੱਚੀ ਨਿਕਲੇ ਜਾਂ ਉਹਨਾਂ ਨੂੰ ਵੀ ਜਲਦੀ ਜਲਦੀ ਰੋਟੀ ਖਵਾ ਕੇ ਇਹ ਹੁੰਦਾ ਸੀਗਾ ਵੀ ਲਾਈਟਾਂ ਬੰਦ ਕਰ ਦਿਓ ਤੇ ਉਹ ਸੌਂ ਜਾਣ ਇੱਕ ਭਗਤ ਸੀ ਸੱਚੇ ਉਹ ਤੁਹਾਨੂੰ ਮੈਂ ਇਹ ਦੱਸ ਦਿੰਦੀ ਹਾਂ ਸਭ ਦੀ ਸੇਵਾ ਕਰਦੇ ਸੀ ਸਭ ਨੂੰ ਚੰਗਾ ਕਰਦੇ ਸੀ ਸਭ ਦੀ ਇੱਜ਼ਤ ਮਾਣ ਕਰਦੇ ਸੀ ਮੈਂ ਨਹੀਂ ਹੈ ਮੇਰੇ ਫਾਦਰ ਵਰਗਾ ਮੇਰੇ
ਦਾਦੇ ਦਾਦੇ ਵਰਗਾ ਕੋਈ ਬੰਦਾ ਦੇਸ਼ ਭਗਤ ਨਹੀਂ ਹੋਣਾਗਾ ਕਿ ਠੀਕ ਆ ਇੱਕ ਜਿਹੜੀ ਚੀਜ਼ ਸੀਗੀ ਕੋਈ ਉਹਨਾਂ ਨੂੰ ਅਸੀਂ ਚਾਹੇ ਗਲਤ ਕਹਿ ਲਈਏ ਚਾਹੇ ਉਹਨੂੰ ਠੀਕ ਕਹਿ ਲਈਏ ਇਹ ਸਾਡੀ ਮਨੋ ਫਾਦਰ ਨੇ ਮਤਲਬ ਜਦੋਂ ਮੇਰੀ ਮਦਰ ਜਦੋਂ ਉਹਨਾਂ ਨੇ ਨਾ ਮੇਰਾ ਰਿਸ਼ਤਾ ਹੋਇਆ ਤੇ ਪੀਣੀ ਛੱਡਤੀ ਫਿਰ ਉਹ ਨਿੱਕੀ ਨਿੱਕੀ ਗੱਲ ਵੀ ਜਿਵੇਂ ਮੇਰੀ ਮਾਂ ਕਹਿ ਦਿੰਦੀ ਉਸ ਗੱਲ ਤੇ ਵਿਰੋਧ ਹੋ ਜਾਂਦਾ ਮਤਲਬ ਇਹਨੂੰ ਸਾਨੂੰ ਨਾ ਮੰਨਣਾ ਪੈਂਦਾ ਹੈ ਕਿ ਦੁਨੀਆਂ ਦੇ ਉੱਤੇ ਲੋਕਾਂ ਨੂੰ ਕਿੰਨੀਆਂ ਦੁੱਖ ਹੈਗੇ ਆ ਤੇ ਸਾਨੂੰ ਇਹ ਕਿੰਨਾ ਕੁ ਵੱਡਾ ਦੁੱਖ ਹੈ ਜਦੋਂ ਮੈਂ ਇੱਥੇ ਆਈ ਮੇਰੀਆਂ ਸਹੇਲੀਆਂ ਉਹਨਾਂ ਦੇ ਜੇ ਘਰ ਵਾਲੇ ਪੀਂਦੇ ਸੀ ਕੋਈ ਨਹੀਂ ਸੀ ਲੜਦੀ ਮੈਨੂੰ ਬੜਾ ਹੁੰਦਾ ਸੀ ਵੀ ਮੇਰੀ ਮਾਂ ਐਵੇਂ ਲੜਦੀ ਰਹੀ ਆਪਦਾ ਹੀ ਜਿਵੇਂ ਉਹ ਪਾਰਾ ਹਾਈ ਕਰ ਲੈਣਾ ਬੰਦੇ ਨਾਲ ਵੀ ਵਿਗਾੜ ਲੈਣੀ ਕਾਹਦੇ ਪਿੱਛੇ ਬੱਚੇ ਤਾਂ ਸਟੈਂਡ ਹੋ ਹੀ ਜਾਣੇ ਹੈਗੇ ਆ ਤੇ ਉਹਨਾਂ ਨੂੰ ਇੰਨਾ ਬੰਦੇ ਨੂੰ ਆਪਣਾ ਮਤਲਬ ਪਿਆਰ ਵੀ ਦੇਣਾ ਚਾਹੀਦਾ ਜਿਹੜੇ ਬੰਦੇ ਨੇ ਇੰਨਾ ਚਿਰ ਨੌਕਰੀ ਕੀਤੀ ਆ ਕੋਈ ਘਰ ਦਾ ਗਵਾਇਆ ਨਹੀਂ ਬੱਚਿਆਂ ਨੂੰ ਪਾਲਿਆ ਏ ਕਦੇ ਕੁਛ ਕੀਤਾ ਨਹੀਂ ਗਾ ਇੱਕ ਵੀ ਜਿਹਦੇ ਵਿੱਚ ਮੈਂ ਦੋਸ਼ ਨਹੀਂ ਕੱਢ ਸਕਦੀ ਅੱਜ ਕੱਲ ਦੇ ਟਾਈਮ ਦੇ ਵਿੱਚ ਠੀਕ ਹੈ ਹਾਂ ਬਾਅਦ ਵਿੱਚ ਮੇਰੀ ਮਾਂ ਆਪ ਵੀ ਕਹਿੰਦੀ ਸੀ ਮੈਂ ਤਾਂ ਐਵੇਂ ਲੜ ਪੈਂਦੀ ਸੀ ਤੇਰੇ ਪਿਓ ਨਾਲ ਮੈਂ ਤਾਂ ਐਵੇਂ ਲੜ ਪੈਂਦੀ ਸੀ ਤੇਰੇ ਪਿਓ ਨਾਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਬੱਚੇ ਠੀਕ ਠਾਕ ਰਹਿਣ ਸਾਰਾ ਕੁਛ ਰਹਿਣ ਉਹਨਾਂ ਦੀ ਖਾਣ ਪੀਣ ਦਾ ਧਿਆਨ ਰੱਖੋ ਉਹਨਾਂ ਦੀ ਸਿਹਤ ਦਾ ਧਿਆਨ ਰੱਖੋ ਤੇ ਜੇ ਇੱਕ ਪੀਂਦੇ ਆ ਉਹ ਕਹਿੰਦੇ ਹੁੰਦੇ ਆ ਹੋ ਕੇ ਸ਼ਰਾਬੀ ਆਵੇ ਤੈਨੂੰ ਬੁਗਲਾ ਦੇਖਣਾ ਪਿਆਰ ਵੀ ਬਹੁਤ ਕਰਦੇ ਆ ਜਿਹੜੇ ਪੀਂਦੇ ਆ ਨਾ ਪਰਿਵਾਰ ਨੂੰ ਪਿਆਰ ਬਹੁਤ ਕਰਦੇ ਆ ਘਰ ਵਾਲੀਆਂ ਨੂੰ ਥੈਂਕ ਯੂ ਸੋ ਮਚ ਬਹੁਤ ਵਧੀਆ ਪਤਾ ਹਰ ਹਰ ਕਿਸੇ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਵੈਲਕਮ ਹੈ ਗੱਲਬਾਤ 'ਤੇ ਸੋ ਇਹਨਾਂ ਦਾ ਐਕਸਪੀਰੀਅੰਸ ਦਾਦੇ ਤੋਂ ਸ਼ੁਰੂ ਹੋਇਆ ਪਿਓ ਤੋਂ ਯੂ ਨੋ ਭਰਾਵਾਂ ਤੋਂ ਔਰ ਫਿਰ ਆ ਕੇ ਫੀਲ ਕਰਨਾ ਕਿ ਉਹ ਇਹ ਮਾਂ ਕਿਉਂ ਲੜੀ ਮੈਨੂੰ ਲੱਗਦਾ ਇਹ ਇਹਨਾਂ ਦਾ ਐਕਸਪੀਰੀਅੰਸ ਹੈ ਐਂਡ ਆਈ ਐਮ ਸ਼ੋਰ ਸਾਰੇ ਐਕਸਪੀਰੀਅੰਸਿਸ ਬੰਦੇ ਨੂੰ ਉਹ ਬਣਾਉਂਦੇ ਹੈ ਜੋ ਅੱਜ ਬੰਦਾ ਹੈਗਾ ਐਂਡ ਅਸੀਂ ਇਹ ਸਾਰੇ ਸੁਣ ਕੇ ਹੀ ਯੂ ਨੋ ਲੈਂਦੇ ਪਰ ਸਮ ਹਾਓ ਜਸਟ ਲੈਟਿੰਗ ਇਟ ਬੀ ਕਿ ਉਹ ਆਪਣੀ ਸਿਹਤ ਨੂੰ ਵੀ ਖਰਾਬ ਕਰ ਰਿਹਾ ਹੈ ਔਰ ਕੁਛ ਨਾ ਕਰੋ ਜਦੋਂ ਹੋਏਗਾ ਤਾਂ ਹੀ ਹੋਏਗਾ somehow doesn't fit well with this situation, this particular situation. Kyunki oh lagda hai ki pehle us to di kahani hai, pyar dena, nafrat dena unna de vas nahi hai, is cheez nu andro ehsaas hona, taan ki tusi khijo na, taan ki tusi hate na karo us ode to, ki bhai hai kyun ho raha hai, complaining mode vich na roho, victim mode vich na roho, oh samajh aanda hai, but karo kuch nahi aur sirf baitho, oh karo, ਇਹ ਮੈਨੂੰ ਲੱਗਦਾ ਡਾਊਟਫੁੱਲ ਹੈ ਸਪੈਸ਼ਲੀ ਇਸ ਸਿਚੁਏਸ਼ਨ ਜਿੱਥੇ ਯੂ ਨੋ ਇਹ ਕਰ ਰਹੇ ਹੋਰ ਪੁੱਛਦੇ ਹਾਂ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛ ਲੈਂਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਸਤਵੰਤ ਜੀ ਥੈਂਕ ਯੂ ਫੋਰ ਕਾਲਿੰਗ ਦੱਸੋ ਕੀ ਕਹਿੰਦੇ ਹੋ ਥੈਂਕ ਯੂ ਫੋਰ ਟੇਕਿੰਗ ਮਾਈ ਕਾਲ ਅੱਛਾ ਹਾਂਜੀ ਨਹੀਂ ਅਰਵਿੰਦ ਜੀ ਮੈਨੂੰ ਮਤਲਬ ਕਿ ਇਸ ਤਰ੍ਹਾਂ ਹੈਗਾ ਬਹੁਤ ਤੁਸੀਂ ਸੁਣਿਆ ਸਾਰਿਆਂ ਤੋਂ ਆਪਣੇ ਆਪਣੇ ਵਿਚਾਰ ਹੈਗੇ ਆ ਬਿਲਕੁਲ ਪਰ ਮੈਨੂੰ ਲੱਗਦਾ ਕਿ ਜਿਹੜੀ ਕੋਈ ਵੀ ਅਡਿਕਸ਼ਨ ਹੈਗੀ ਆ ਸਾਨੂੰ ਜਿੱਦਾਂ ਕਿਸੇ ਵੀ ਚੀਜ਼ ਦੀ ਹੈਗੀ ਆ ਚਾਹੇ ਜ਼ਿਆਦਾ ਹਰ ਵੇਲੇ ਖਾਣਾ ਖਾਣ ਦੀ ਜਾਂ ਡਰਿੰਕ ਕਰਨ ਦੀ ਜਾਂ ਕੁਛ ਵੀ ਆ ਉਹਦਾ ਡੀਪਰ ਜਿਹੜਾ ਰੀਜ਼ਨ ਤਾਂ ਹੈਗਾ ਅਨਵਰਦੀਨੈਸ ਆਪਣੇ ਆਪ ਨੂੰ ਗੁੱਡ ਫੀਲਿੰਗ ਨਹੀਂ ਹੈ ਕੋਈ ਸਮਵੇਅਰ ਦੇਅਰ ਇਜ਼ ਅ ਵੋਇਡ ਇਨਸਾਈਡ ਜੀ ਸੋ ਜਿੱਦਾਂ ਮਤਲਬ ਕਿ ਬਾਕੀ ਤਾਂ ਹੋਰ ਜੋ ਕੁਛ ਇਹ ਮਰਜ਼ੀ ਕਰ ਲੈਣ ਜਿੱਦਾਂ ਇਹ ਮੈਂ ਬਿਲਕੁਲ ਸਹਿਮਤ ਹੈਗੀ ਹਾਂ ਜਿਹੜੇ ਵਿਊਰਸ ਕਹਿ ਰਹੇ ਹੈਗੇ ਆ ਕਿ ਉਹਨਾਂ ਨੂੰ ਲੈਕਚਰ ਦੇਣ ਦੀ ਜ਼ਰੂਰਤ ਨਹੀਂ ਹੈ ਵੀ ਹੁਣ ਲੜਾਈ ਵੀ ਚਾਹੇ ਜਿੰਨੀ ਵੀ ਫਰਸਟ੍ਰੇਸ਼ਨ ਵੀ ਹੁੰਦੀ ਆ ਪਰ ਉਹ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਤਾਂ ਅਗਰ ਜਿੱਦਾਂ ਉਹ ਗੁਰਬਾਣੀ ਵਾਲੇ ਪਾਸੇ ਲੱਗ ਸਕਣ ਉਹਦੇ ਨਾਲ ਉਹਨਾਂ ਦਾ ਜਿਹੜਾ ਮਾਇੰਡ ਹੈਗਾ ਉਹਨੂੰ ਵਾਈਬ੍ਰੇਸ਼ਨ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਥੋੜੀਆਂ ਉਹਦੇ ਨਾਲ ਹਾਈ ਹੋ ਸਕਦੀਆਂ ਜੇ ਘਰ ਵਿੱਚ ਕੋਈ ਇਹੋ ਜਿਹਾ ਇਨਵਾਇਰਮੈਂਟ ਇਹ ਪੈਦਾ ਕਰ ਸਕਦੇ ਆ ਜਾਂ ਉਹਨੂੰ ਇਨਕਰੇਜ ਕਰਨ ਕਿ ਥੋੜਾ ਪਾਠ ਸੁਣੋ ਮੂਲ ਮੰਤਰ ਦਾ ਪਾਠ ਕਰੋ ਉਹਨੂੰ ਵਿਚਾਰੋ ਆਪ ਰਲ ਕੇ ਵਿਚਾਰ ਕਰ ਸਕਦੇ ਆ ਉਹਦੇ ਨਾਲ ਇਹ ਹੈਗਾ ਕਿ ਉਹ ਜਿਹੜੀਆਂ ਹਾਈ ਵਾਈਬ੍ਰੇਸ਼ਨ ਆ ਦੇ ਵਿਲ ਹੈਲਪ ਹਿਮ ਇਨ ਸਾਈਡ ਜੀ ਸਤਵੰਤ ਜੀ ਨਾਲ ਇਹ ਵੀ ਲੱਗ ਰਿਹਾ ਕਿ ਠੀਕ ਹੈ ਵਾਈਬ੍ਰੇਸ਼ਨਸ ਮਿਲਾਓ ਬਹੁਤ ਉਹਦਾ ਫਰਕ ਪੈਂਦਾ ਪਰ ਸਮਹਾਓ ਜਿਵੇਂ ਤੁਸੀਂ ਕਿਹਾ ਕਿ ਲੜਨਾ ਨਹੀਂ ਹੈ ਰੈਜ਼ਿਸਟੈਂਸ ਨਹੀਂ ਹੈ ਪਰ ਤੁਹਾਡਾ ਕੀ ਧਿਆਨ ਹੈ ਇਹਦੇ ਵਿੱਚ ਕਿ ਜਸਟ ਲੀਵ ਹਿਮ ਅਲੋਨ ਉਹ ਹੋ ਸਕਦਾ ਹੈ ਕਿ ਲਾਈਕ ਜੋ ਕਰਨਾ ਕਰਨ ਜਦੋਂ ਹੋਏਗਾ ਜਦੋਂ ਉਹਨਾਂ ਦੇ ਆਪਣੇ ਮਨ 'ਚ ਆਏਗਾ ਤਾਂ ਰੁਕਣਗੇ ਬਿਕੋਜ਼
ਜਿੱਦਾਂ ਜਿਵੇਂ ਤੁਸੀਂ ਕਿਹਾ, ਮੇਰਾ ਖਿਆਲ ਜਿੱਦਾਂ ਜਦੋਂ ਤੱਕ ਉਹ ਆਪ ਇਹ ਐਕਸੈਪਟ ਨਹੀਂ ਕਰਦੇ ਕਿ ਮੈਨੂੰ ਪ੍ਰੋਬਲਮ ਹੈ, ਔਰ ਉਹਨਾਂ ਨੇ ਹੈਲਪ ਤਾਂ ਲੈਣੀ ਨਹੀਂ। ਸੋ ਫਿਰ ਡਿਸਟਰੈਕਟਿੰਗ ਜਿਹੜੇ ਟਿਪਸ ਕਈ ਦੇ ਰਹੇ ਹੈ ਕਿ ਉਸ ਵੇਲੇ ਥੋੜਾ ਮਨ ਕਿਤੇ ਹੋਰ ਲਗਾਇਆ ਜਾਏ ਪਿਆਰ ਨਾਲ, ਦੈਟ ਵਿਲ ਵਰਕ। ਹਾਂਜੀ ਬਿਲਕੁਲ, ਜੇ ਪ੍ਰੀ ਪਲਾਨ ਕਰਕੇ, ਔਰ ਮੈਂ ਤਾਂ ਇਹ ਕਹਾਂਗੀ ਕਿ ਅਗਰ ਇਹ ਆਪਣੇ ਫਰੈਂਡ ਨਾਲ ਜਿਵੇਂ ਵੀ ਉਹਨਾਂ ਦੇ ਨਾਲ ਹੈ, ਜੇ ਉਹਨਾਂ ਦੇ ਨਾਲ ਥੋੜਾ ਜਿਹਾ ਘਟਾ ਲੈਣ, ਉਹਦੇ ਨਾਲ ਇਹ ਹੈਗਾ ਉਹਨਾਂ ਦੀ ਡਾਇਵਰਸ਼ਨ ਹੋ ਜਾਏਗੀ ਉਸ ਸਮੇਂ ਦੇ ਉੱਤੇ, ਬਜਾਏ ਉਹ ਉੱਧਰ ਜਾਣ, ਉਹ ਕੋਈ ਹੋਰ ਘਰ ਦੇ ਵਿੱਚ ਇਹੋ ਜਿਹਾ ਸਿਚੁਏਸ਼ਨ ਕ੍ਰੀਏਟ ਕਰਨ ਜਿਹੜੀ ਜਿਹੜੀ ਜੋਏਫੁਲ ਹੋਵੇ, ਜਿਹੜੀ ਜੋਏਫੁਲ ਹੋਵੇ, ਤੇ ਉਹਦੇ ਵਿੱਚ ਉਹ ਪਾਰਟੀਸਪੇਟ ਕਰਨ ਲੱਗ ਕਰਨ, ਇਹ ਵੀ ਦੇਖਣਾ ਪੈਣਾ ਨਾ। ਸੋ ਦੈਨ ਹੀ ਵਿਲ ਬੀ ਏਬਲ ਟੂ ਕੰਪੇਅਰ ਦ ਟੂ ਸਿਚੁਏਸ਼ਨਸ, ਤੇ ਫਿਰ ਹੋ ਸਕਦਾ ਉਹ ਉਸ ਚੀਜ਼ ਨੂੰ ਜ਼ਿਆਦਾ ਇੰਜੋਏ ਕਰਨ ਲੱਗ ਪੈਣ ਬਜਾਏ ਉਹਦੇ। ਬਹੁਤ ਵਧੀਆ, ਥੈਂਕ ਯੂ ਸੋ ਮਚ। ਐਂਡ ਦੈਨ ਸ਼ੀ ਕੈਨ ਕੰਪੇਅਰ, ਜਿਹੜਾ ਜੋ ਕਦੇ ਜਾਂਦੇ ਆ ਉਹ ਸਿਚੁਏਸ਼ਨ ਜਿਹੜੀ ਆ, ਔਰ ਘਰ ਜਦੋਂ ਕੋਈ ਚੰਗਾ ਵਾਤਾਵਰਨ ਹੈਗਾ, ਦੇ ਕੈਨ ਵੈਰੀ ਕੈਜੂਅਲੀ ਜਿੱਦਾਂ ਕੰਪੇਅਰ ਕਰਨ ਦੇ ਨਾਲ ਕਿ ਦੇਖੋ ਆਪਾਂ ਆਹ ਕਿੰਨਾ ਚੰਗਾ ਲੱਗਾ, ਸਾਰੇ ਬੱਚਿਆਂ ਨੇ ਇੰਜੋਏ ਕੀਤਾ, ਮੈਂ ਇੰਜੋਏ ਕੀਤਾ, ਤੁਸੀਂ ਇੰਜੋਏ ਕੀਤਾ, ਤੇ ਇਸ ਤਰੀਕੇ ਨਾਲ। ਔਰ ਆਈ ਮੈਂ ਡੈਫੀਨੇਟਲੀ ਕਹਾਂਗੀ ਕਿ ਜੇ ਅਗਰ ਇਹ ਗੁਰਬਾਣੀ ਵਾਲੇ ਪਾਸੇ ਥੋੜ੍ਹਾ ਬਹੁਤ ਵੀ ਉਹਨੂੰ ਪ੍ਰੇਰਿਤ ਕਰ ਸਕਣ, ਮੈਡੀਟੇਸ਼ਨ ਵਾਲੇ ਪਾਸੇ ਪ੍ਰੇਰਿਤ ਕਰ ਸਕਣ, ਉਹ ਡੈਫੀਨੇਟਲੀ ਉਹਨਾਂ ਦੀ ਜਿਹੜੀ ਐਨਰਜੀ ਹੈਗੀ ਆ, ਜਦੋਂ ਤੱਕ ਐਨਰਜੀ ਐਲੀਵੇਟ ਨਹੀਂ ਹੁੰਦੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਦੇ ਆਰ ਕੌਨਸਟੈਂਟਲੀ ਕੀਪ ਔਨ ਚੈਕਿੰਗ ਅਸ। ਜੀ ਜੀ, ਹਾਂਜੀ, ਬਹੁਤ ਵਧੀਆ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਯਾ ਸੋ ਕਈ ਜਿੱਥੇ ਅਸੀਂ, ਮੈਨੂੰ ਕਈ ਵਾਰ ਇਹ ਵੀ ਲੱਗਦਾ ਕਿ ਕੰਪੇਅਰ ਵੀ ਨਹੀਂ ਕਰ ਸਕਦੇ ਕਿ ਉਹ ਫਲਾਣਾ ਕਰਦਾ ਸੀ, ਫਲਾਣਾ ਇੰਨਾ ਕਰਦਾ, ਉਹਨੂੰ ਨਹੀਂ ਫਰਕ ਪਿਆ, ਇਹਨਾਂ ਨੂੰ ਵੀ ਨਹੀਂ ਪਏਗਾ, ਬਿਕੋਜ਼ ਹਰ ਬਾਡੀ ਅਲੱਗ ਹੈ, ਹਰ ਕਿਸੇ ਦਾ ਮਾਇੰਡ ਅਲੱਗ ਹੈ, ਜੈਨੇਟਿਕ ਜਿਹੜੀ ਅਡਿਕਸ਼ਨ ਦੀ ਪ੍ਰੋਨਸ ਹੈਗੀ ਹੈ ਉਹ ਅਲੱਗ ਹੈ। ਸੋ ਇਹ ਜਿਹੜੇ ਵੀ ਨਸ਼ੇ ਹੈਗੇ ਆ ਉਹ ਹਰ ਬਾਡੀ 'ਤੇ ਡਿਫਰੈਂਟਲੀ, ਬਾਡੀ ਐਂਡ ਮਾਇੰਡ 'ਤੇ ਡਿਫਰੈਂਟਲੀ ਐਕਟ ਕਰਦੇ ਨੇ। ਸੋ ਕੰਪੇਅਰ ਕਰਨਾ ਕਿ ਉਹ ਰੋਜ਼ ਪੀਂਦੇ ਆ, ਉਹ 30 ਸਾਲਾਂ ਤੋਂ ਪੀ ਰਹੇ ਆ, ਇਹਨਾਂ ਨੇ ਹੁਣ ਸ਼ੁਰੂ ਕੀਤਾ, ਡਸਨ। ਸੋ ਅਗਰ ਤੁਹਾਨੂੰ ਲੱਗ ਰਿਹਾ, ਮੈਨੂੰ ਲੱਗਦਾ ਕਿ ਦੈਟਸ ਅ ਗੁੱਡ ਦਿਸ ਥਿੰਗ, ਪਰ ਵਾਈਬ੍ਰੇਸ਼ਨਸ ਉੱਚੀ ਕਰਨ ਵਾਸਤੇ ਤੁਸੀਂ ਮੂਲ ਮੰਤਰ ਲਗਾਓ ਜਾਂ ਗਾਇਤਰੀ ਮੰਤਰ ਲਗਾਓ, ਦੈਟ ਇਜ਼ ਅਪ ਟੂ ਯੂ, ਯੂ ਸ਼ੁੱਡ ਡੂ ਸਮਥਿੰਗ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਹੋ? ਮੈਂ। ਤੁਸੀਂ ਬੇਸ਼ੱਕ ਨਾਮ ਨਹੀਂ ਦੱਸਣਾ, ਤੁਸੀਂ ਆਪਣੀ ਗੱਲ ਕਹੋ। ਹਾਂਜੀ, ਮੈਂ ਗੱਲ ਕਰਦੀ ਹਾਂ, ਮੇਰਾ ਭਰਾ ਸੀਗਾ ਬਹੁਤ ਪੀਂਦਾ ਸੀ, ਇੱਥੇ ਰਹਿੰਦਾ ਉਰੀ ਉਹ ਜੀ, ਉਹ ਇੰਨੀ ਪੀਂਦਾ ਸੀਗਾ, ਘਰ ਦੇ ਭਾਂਡੇ ਤੋੜਨੇ, ਵੋਟੀ ਨੂੰ ਮਾਰਨਾ, ਦੋ ਬੱਚੇ ਉਹਦੇ ਕੋਲ, ਜਾਣੀ ਕਿ ਜਦ ਪੀ ਕੇ ਆਉਂਦਾ ਸੀ ਜਾਂ ਘਰੇ ਦਿਨ ਵਿੱਚ ਵੀ ਪੀ ਜਾਂਦਾ ਸੀਗਾ ਜੀ, ਬਹੁਤ ਪੜ੍ਹਿਆ ਲਿਖਿਆ ਹੈ, ਸਾਰੇ ਘਰ ਨੂੰ ਨਾ, ਮਤਲਬ ਕਿ ਕਿਸੇ ਨੂੰ ਵੀ ਨਹੀਂ ਸੀ ਸਿਆਣਦਾ, ਨਾ ਉਹਨੂੰ ਭੈਣਾਂ ਦਾ ਪਤਾ, ਨਾ ਉਹਨੂੰ ਦੂਜੇ ਭਰਾ ਦਾ ਪਤਾ, ਕਿਸੇ ਦਾ ਕੋਈ ਪਤਾ ਨਹੀਂ ਹੈਗਾ ਸੀ। ਜਦੋਂ ਫਿਰ ਹੁਣ ਉਹ ਬਿਮਾਰ ਹੋਇਆ ਨਾ, 2 ਮਹੀਨੇ ਹੌਸਪੀਟਲ 3 ਰਿਹਾ ਜੀ ਉਹ, ਉਹਨੂੰ ਡਾਕਟਰ ਕਹਿਣ ਲੱਗੇ ਵੀ ਇਹਦਾ ਬਚਣਾ ਨਹੀਂ ਹੈਗਾ, ਮੁਸ਼ਕਲ ਆ। ਹਾਂਜੀ, ਬਾ ਫਿਰ ਉਹ ਬਾਬਾ ਬਹੁਤ ਕੁਛ ਕਰਨ ਵਾਲਾ ਹੈ ਜੀ, ਸਾਰਾ ਕੁਛ ਕੀਤਾ ਅਰਵਿੰਦ ਜੀ ਅਸੀਂ, ਪਰ ਉਹ ਬੰਦਾ ਨਹੀਂ ਸਿਧਰਿਆ ਹੈਗਾ, ਉਹਦੀ ਜੋਬ ਵੀ ਚਲੀ ਗਈ, ਉਹਦਾ ਸਾਰਾ ਕੁਛ ਹੋ ਗਿਆ, ਬਹੁਤ ਅਸੀਂ ਜ਼ਮੀਨ ਤੇ ਹੀ ਆ ਗਏ। ਹੁਣ ਤੁਸੀਂ ਇਹ ਦੇਖ ਲੋ, ਜਦ ਉਹਨੂੰ ਦੱਸਿਆ ਨਾ ਡਾਕਟਰਾਂ ਨਾਲ ਵੀ ਇਸ ਤਰ੍ਹਾਂ ਹੋ ਗਿਆ, ਹੋਸ਼ ਆ ਗਈ, ਆ ਗਿਆ, ਛੁੱਟੀ ਹੋ ਗਈ, 2 ਮਹੀਨੇ ਬਾਅਦ ਉਹਨਾਂ ਫਿਰ ਡਰਿੰਕ ਮੰਗੀ ਘਰ ਆ ਕੇ, ਤੁਰ ਨਹੀਂ ਸੀ ਹੁੰਦਾ, ਤੁਰ ਤੁਰ ਕੇ ਜਾਂਦਾ ਸੀ ਵੀ ਮੈਨੂੰ ਡਰਿੰਕ ਲਿਆਓ, ਨੂਨ ਆਪਣੀ ਕਾਲੀ ਗੱਲ ਲੜਦਾ ਸੀ, ਡਰਿੰਕ ਲੈ ਕੇ ਆ, ਦੁਕਾਨ ਸਟੋਰ ਖੁੱਲ ਗਏ, ਡਰਿੰਕ ਲੈ ਕੇ ਆ, ਪਰ ਲੇਕਿਨ ਫਿਰ ਸਾਨੂੰ ਉਹ ਵੋਟੀ ਨੂੰ ਕਿਤੇ ਦਿਮਾਗ ਵਿੱਚ ਆ ਗਈ ਗੱਲ, ਤੇ ਉਹ ਕਹਿੰਦੀ ਵੀ ਡਾਕਟਰ ਦੀ ਕਾਲ ਆਈ ਆ, ਉਹਨਾਂ ਕਿਸੇ ਬੰਦੇ ਨੂੰ ਆਪਣਾ ਗੱਲ ਕਰੀ ਵੀ ਤੂੰ ਇਸ ਤਰ੍ਹਾਂ ਕਹਿਣਾ ਹੈ ਵੀ ਤੂੰ ਕੀ ਸੁਸਾਈਡ ਕਰਨਾ ਚਾਹ ਰਿਹਾ ਹੈ, ਤੇ ਉਹ ਬੰਦੇ ਨੂੰ ਕਾਲ ਕਰੀ ਵੀ ਲੈ ਆ ਡਾਕਟਰ ਦੀ ਕਾਲ ਆਈ ਵੀ ਤੇਰੇ ਦੀ ਹੋਸਪਿਟਲ ਤੋਂ, ਤੂੰ ਗੱਲ ਕਰ ਲਾ। ਕਹਿੰਦਾ ਕੀ ਗੱਲ ਵੀ ਤੂੰ ਡਰਿੰਕ ਮੰਗ ਰਿਹਾ ਹੈ,
ਸੁਸਾਈਡ ਕਰ ਰਿਹਾ ਤੂੰ ਆਪਣੇ ਆਪ ਨੂੰ ਜੀ। ਉਹ ਦਿਨ ਗਿਆ ਅਰਵਿੰਦ ਜੀ, ਮੁੜ ਕੇ ਉਹਨਾਂ ਨਾਂ ਨਹੀਂ ਲਿੱਤਾ ਸ਼ਰਾਬ ਦਾ। ਇਹ ਗੱਲ ਨੂੰ ਹੁਣ 7-8 ਮਹੀਨੇ ਹੋ ਗਏ ਜੀ। ਵਾਹਿਗੁਰੂ ਕਰੇ ਇਸੀ ਤਰ੍ਹਾਂ ਰਹੇ, ਟਾਈਮ ਹੋਰ ਨਹੀਂ ਹੈ। ਥੈਂਕ ਯੂ ਤੁਸੀਂ ਇਹ ਚੀਜ਼ ਨੂੰ ਸ਼ੇਅਰ ਕੀਤਾ ਸਾਰਿਆਂ ਨਾਲ। ਬਟ ਉਹੀ ਗੁਰਦੀਪ ਜੀ ਵਾਲੀ ਗੱਲ ਕਿ ਕੋਈ ਰੌਕ ਬੋਟਮ ਪਕੜਨ ਦੀ ਗੱਲ ਹੁੰਦੀ ਹੈ ਕਿ ਬਹੁਤ ਵਾਰੀ ਜਦੋਂ ਅਡਿਕਸ਼ਨ ਹੋਏ ਅਤੇ ਆਪਣੇ ਆਪ ਮੋੜਾ ਤਾਂ ਖਾਂਦੇ ਹਾਂ ਜਦੋਂ ਕੋਈ ਰੌਕ ਬੋਟਮ ਪਕੜਿਆ ਜਾਏ। ਪਰ ਇਸ ਵੇਲੇ ਅਸੀਂ ਇਹ ਸੋਚ ਰਹੇ ਹਾਂ, ਇਹ ਜਿਹੜੀ ਸਾਨੂੰ ਸਵਾਲ ਪੁੱਛ ਰਹੀ ਹੈ ਉਹ ਵੀ ਇਹ ਸੋਚ ਰਹੀ ਹੈ ਕਿ ਉਹ ਨੌਬਤ ਨਾ ਆਏ ਕਿਸੇ ਤਰ੍ਹਾਂ ਉਸ ਤੋਂ ਪਹਿਲੇ ਮੈਂ ਇਸ ਤੋਂ। ਸੋ ਆਈ ਥਿੰਕ ਸੁਦਰਸ਼ਨ ਜੀ ਦੀ ਗੱਲ ਔਰ ਡਿਸਟਰੈਕਸ਼ਨ ਦੀ ਗੱਲ ਬਹੁਤ ਕੰਮ ਆਏਗੀ ਕਿ ਤੁਸੀਂ ਜਾਣਾ ਆਉਣਾ ਉੱਥੇ ਬੰਦ ਕਰੋ, ਫਸਟ ਉਹ ਕਰਨਾ ਪਏਗਾ। ਆਈ ਅੰਡਰਸਟੈਂਡ ਕਿ ਤੁਸੀਂ ਫਰੈਂਡ ਨਾਲ ਦੂਰ ਨਹੀਂ ਹੋਣਾ ਚਾਹੁੰਦੇ, ਪਰ ਯੂ ਕੈਨ ਪਲੇ ਅਰਾਊਂਡ ਇਟ। ਔਰ ਅਗਰ ਮੈਂ ਤਾਂ ਕਹਿੰਦੀ ਹਾਂ ਅਗਰ ਫਰੈਂਡ ਤੋਂ ਵੀ ਦੂਰ ਜਾਣਾ ਪਏ ਕਿ ਫਰੈਂਡ ਕਹਿੰਦੀ ਹੈ ਕਿ ਨਹੀਂ ਬਿਲਕੁਲ ਨਹੀਂ, ਤੈਨੂੰ ਤਾਂ ਐਵੇਂ ਹੀ ਲੱਗਦਾ ਹੈ, ਸਾਰੀ ਦੁਨੀਆ ਕਰਦੀ ਹੈ, ਕੋਈ ਗੱਲ ਨਹੀਂ, ਦੈਨ ਯੂ ਹੈਵ ਟੂ ਕੱਟ ਆਫ ਟਾਈਜ਼ ਫੋਰ ਸਮ ਟਾਈਮ ਐਟਲੀਸਟ। ਕਿਉਂਕਿ ਇਹ ਵਿਚਾਰਨਾ ਬਾਅਦ ਵਿੱਚ ਇਹ ਨਾ ਹੋਏ ਕਦੀ ਕਿ ਮੈਂ ਇਹ ਕਰ ਲੈਂਦੀ। ਐਂਡ ਇੰਟਰਵੈਂਸ਼ਨ ਦੀ ਆਈ ਥਿੰਕ ਜ਼ਰੂਰੀ ਹੈ, ਅਸੈਸਮੈਂਟ ਫੋਨਾਂ ਦੇ ਉੱਤੇ। ਭਾਵੇਂ ਮੈਨੂੰ ਲੱਗਿਆ ਕਿ ਡਰਿੰਕਿੰਗ ਇਸ਼ੂ ਨਹੀਂ ਬਣਿਆ, ਕੁਛ ਦੇਰ ਤੋਂ ਉਹਨੂੰ ਲੱਗ ਰਿਹਾ, ਪਰ ਫੋਲੋ ਯੋਰ ਗੱਟ। ਆਪਣੇ ਮਨ ਨੂੰ ਲੱਗ ਰਿਹਾ ਤਾਂ ਉਹਨੂੰ ਜ਼ਰੂਰ ਫੋਲੋ ਕਰੋ, ਡਾਕਟਰ ਨੂੰ ਪੁੱਛੋ, ਉਹ ਕਰੋ, ਜੋ ਕਰ ਸਕਦੇ ਹੋ ਇਸ ਵੇਲੇ ਕਰੋ। ਪਰ ਸਾਰਿਆਂ ਨੇ ਜੋ ਸਲਾਹ ਦਿੱਤੀ ਹੈ ਕਿ ਫੋਰਸ ਕਰਨਾ, ਐਡਵਾਈਜ਼ ਕਰਨਾ, ਲੈਕਚਰ ਕਰਨਾ ਇਜ਼ ਨੋਟ ਗੋਇੰਗ ਟੂ ਵਰਕ, ਬਟ ਕੁਛ ਪਿਆਰ ਨਾਲ ਹੋਰ ਤਰੀਕੇ ਜਿਹੜੇ ਹੈ ਉਹ ਕੰਮ ਆਉਣਗੇ। ਇੱਕ ਸਾਡੇ ਵਿਊਅਰ ਹੈਗੇ ਜਿਹੜੇ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ, ਉਹ ਕਾਫੀ ਹੱਦ ਤੱਕ ਟੈਕਸਟ ਕਰ ਰਹੇ ਨੇ, ਕਾਲ ਵੀ ਕੀਤੀ ਉਹਨਾਂ ਨੇ ਬ੍ਰੇਕ ਦੇ ਵਿੱਚ, ਐਂਡ ਉਹ ਕਹਿ ਰਹੇ ਆ ਉਹਨਾਂ ਦੀ ਐਮਰਜੈਂਸੀ ਦੀ ਇੱਕ ਸਵਾਲ ਹੈਗਾ, ਅਸੀਂ ਜ਼ਰੂਰ ਕੱਲ੍ਹ ਹੀ ਲੈ ਲਈਏ ਉਹ। ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਬਹੁਤ ਪਰੇਸ਼ਾਨ ਹਾਂ, ਮੇਰੀ ਇੱਕ ਬਹੁਤ ਅੱਛੀ ਫਰੈਂਡ ਹੈ, 40s ਵਿੱਚ ਹੈਗੇ ਹੈ ਦੋਨੋਂ, ਲਾਈਕ ਸਟਾਰਟਿੰਗ 40-42, ਐਂਡ ਅਸੀਂ ਦੋਨੋਂ ਬਹੁਤ ਹੀ ਕਲੋਜ਼ ਫਰੈਂਡਸ ਹਾਂ, ਹਰ ਗੱਲ ਇੱਕ ਦੂਜੇ ਨਾਲ ਸ਼ੇਅਰ ਕਰਦੇ ਸੀ, ਪਰ ਉਹ ਮੈਨੂੰ ਬਿਲਕੁਲ ਡਿਸਟੈਂਸ ਕਰ ਰਹੀ ਹੈ ਐਂਡ ਮੈਂ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ। ਪਲੀਜ਼ ਸਾਰੇ ਗੱਲਬਾਤ ਵੀ ਉਸ ਨੂੰ ਕਹੋ ਕਿ ਕਹਿੰਦੇ ਦੋਨੋਂ ਦੇ ਹਸਬੈਂਡ ਨਹੀਂ ਪੀਂਦੇ, ਦੋਨੋਂ ਅਸੀਂ ਨਹੀਂ ਪੀਂਦੇ, ਸੋ ਇਸ ਇਹ ਰੀਜ਼ਨ ਨਹੀਂ ਹੈ ਜੋ ਅੱਜ ਦਾ ਰੀਜ਼ਨ ਹੈ, ਪਰ ਕੀ ਰੀਜ਼ਨ ਹੈ ਮੈਨੂੰ ਸਮਝ ਨਹੀਂ ਆ ਰਹੀ। ਸੋ ਸਾਰੇ ਗੱਲਬਾਤ ਦੇ ਵੀ ਉਸ ਨੂੰ ਕਹਿ ਰਹੇ ਕਿ ਪਲੀਜ਼ ਇਸ ਟੋਪਿਕ ਕੱਲ੍ਹ ਡਿਸਕਸ ਜ਼ਰੂਰ ਕਰੋ ਕਿ ਫਰੈਂਡਸ਼ਿਪ ਫੋਲਆਊਟ ਕਿਵੇਂ ਕਰਦੀ ਹੈ, ਕਦੋਂ ਟੁੱਟ ਜਾਂਦੀ ਹੈ, ਕਿਹੜੇ ਕਿਹੜੇ ਤਰੀਕਿਆਂ ਨਾਲ ਟੁੱਟ ਜਾਂਦੀ, ਮੇਰੇ ਤੋਂ ਕੀ ਗਲਤੀ ਹੋ ਗਈ ਕਿ ਮੇਰੀ ਫਰੈਂਡ ਨਾ ਤਾਂ ਮੈਨੂੰ ਦੱਸ ਰਹੀ ਹੈ ਕੀ ਪ੍ਰੋਬਲਮ ਹੋਈ ਹੈ ਔਰ ਮੇਰੇ ਤੋਂ ਡਿਸਟੈਂਸ ਰੱਖ ਰਹੀ ਹੈ। ਪਲੀਜ਼ ਕੱਲ੍ਹ ਅਸੀਂ ਇਹ ਬਾਰੇ ਜ਼ਰੂਰ ਗੱਲ ਕਰਾਂਗੇ। ਆਈ ਥੋਟ ਕਿ ਉਹ ਰੋ ਰਹੇ ਸੀ, ਇਸ ਪਿੱਛੇ ਇਹ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ। ਆਈ ਐਮ ਸੋਰੀ ਕਿ ਇੰਨੀ ਐਮਰਜੈਂਸੀ ਸ਼ਾਇਦ ਕਈਆਂ ਨੂੰ ਨਾ ਲੱਗੇ ਕਿ ਟੋਪਿਕ ਡਿਸਕਸ ਕਰਨ ਦੀ, ਪਰ ਜਿਸ ਤਰ੍ਹਾਂ ਮੈਂ ਉਹਨਾਂ ਦੀ ਆਵਾਜ਼ ਸੁਣੀ ਹੈ ਇਹ ਇੰਪੋਰਟੈਂਟ ਹੋ ਜਾਂਦਾ। ਸੋ ਕੱਲ੍ਹ ਜ਼ਰੂਰ ਕਾਲ ਕਰਿਓ ਕਿ ਫਰੈਂਡਸ਼ਿਪ ਕਿਵੇਂ ਟੁੱਟਦੀ ਹੈ, ਕੀ ਰੀਜ਼ਨਸ ਹੈ। ਲੈਟ ਮੀ ਟੇਕ ਦਿਸ ਪਰਮਿਸ਼ਨ ਫਰੋਮ ਯੂ ਨਾਓ ਕਿ ਅੱਜ ਵਾਸਤੇ ਇੰਨਾ ਹੀ ਕਰਦੇ ਨੇ, ਪਰ ਇੱਕ ਤਰ੍ਹਾਂ ਨਾਲ ਮੈਨੂੰ ਲੱਗ ਰਿਹਾ ਅੱਜ ਦੇ ਕੰਟੀਨਿਊਸ਼ਨ ਜਾ ਰਹੀ ਹੈ, ਬਟ ਅੱਜ ਦੀ ਗੱਲ ਉਹਨਾਂ ਨੂੰ ਪਤਾ ਹੈ ਕਿ ਨਹੀਂ ਹੈ। ਪਰ ਹੋਰ ਰੀਜ਼ਨਸ ਕੀ ਹੋ ਸਕਦੇ ਹਨ, ਜਨਾਨੀਆਂ ਵਿੱਚ ਲੜਾਈ, ਆਦਮੀਆਂ ਦੇ ਵਿੱਚ ਲੜਾਈ, ਸਡਨਲੀ ਬਹੁਤ ਅੱਛੇ ਫਰੈਂਡਸ ਕਿਉਂ ਟੁੱਟ ਜਾਂਦੇ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਕਿ ਸਾਨੂੰ ਉੱਥੋਂ ਹੀ ਆਨਸਰ ਮਿਲ ਜਾਏਗਾ। ਥੈਂਕ ਯੂ ਸੋ ਮੱਚ ਫੋਰ ਨਾਓ, ਸਤਿ ਸ਼੍ਰੀ ਅਕਾਲ।